जस टीवी देख रहे हो तुसीं, मैं के पी सिंह तुहाडा स्वागत करता। पंजाब दे विच कामकार किवें होवे, पंजाब दे विच सरकार की काम करे, इस दे विरोधी हमेशा सवाल चुकदे आ। पर हुण पंजाब सरकार ने 6 विधायकां नूं तरक्की दित्ती है। इह सरकार कह रही है तरक्की दित्ती है, ते सानूं जरूरत सीगी कि वख-वख विभागां दे विच जिस तरीके नाल काम होणा, नौजवानां दी आवाज़ पहुँचनी चाहीदी है कि आ, योजनावां नूं सिरे चढ़ाउणा है क्या, तो वह पंजाब सरकार नूं जरूरत सी। इस लई 6 नवें विधायकां नूं तरक्की दे के उन्हां नूं सलाहकार वजों नियुक्त किया गया। 5 ਨੂੰ ਕੈਬਨਿਟ ਰੈਂਕ ਦਿੱਤਾ ਗਿਆ, 1 ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ। ਇਸੇ 'ਤੇ ਸਵਾਲ ਵਿਰੋਧੀਆਂ ਨੇ ਪੁੱਛਣੇ ਸ਼ੁਰੂ ਕਰ ਦਿੱਤੇ ਆ, ਪਟੀਸ਼ਨ ਵੀ ਦਾਖਲ ਹੋ ਚੁੱਕੀ ਹੈ। ਅਸੀਂ ਇੱਕੋ ਸਵਾਲ ਪੁੱਛਾਂਗੇ। ਪਹਿਲਾਂ ਤਾਂ ਨਾਰਾ ਇਹ ਸੀਗਾ, ਚਾਹੁੰਦਾ ਹੈ ਪੰਜਾਬ ਕੈਪਟਨ ਸਰਕਾਰ, ਹੁਣ ਅਸੀਂ ਇਹ ਸਵਾਲ ਪੁੱਛਾਂਗੇ ਕੈਪਟਨ ਨੂੰ ਕੀ ਸਲਾਹ ਚਾਹੀਦੀ ਹੈ। ਅਸੀਂ ਬਹਿਸ ਕਿਉਂ ਕਰ ਰਹੇ ਹਾਂ, ਟੂ ਦਾ ਪੁਆਇੰਟ ਵੀ ਤੁਹਾਨੂੰ ਪੁਆਇੰਟ ਟੂ ਪੁਆਇੰਟ ਪਹਿਲਾਂ ਦੱਸ ਦਈਏ। ਪੰਜਾਬ ਸਰਕਾਰ ਨੇ 6 ਵਿਧਾਇਕਾਂ ਨੂੰ ਤਰੱਕੀ ਦਿੱਤੀ ਹੈ, ਸੂਬੇ ਦੀ ਸਿਆਸਤ ਤਬਕੀ ਹੈ ਤਰੱਕੀ ਦਿੰਦੇ ਨੇ। 5 ਵਿਧਾਇਕਾਂ ਨੂੰ ਕੈਬਨਿਟ ਅਤੇ 1 ਨੂੰ ਰਾਜ ਮੰਤਰੀ ਦਾ ਦਰਜਾ ਮਿਲਿਆ। ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ। ਮੁੱਖ ਵਿਰੋਧੀ ਧਿਰ ਆਪ ਸਣੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਰੇ ਮਾਮਲੇ ਨੂੰ ਗੈਰ ਸੰਵਿਧਾਨਕ ਦੱਸਿਆ। ਵਿਰੋਧੀਆਂ ਨੇ ਸਰਕਾਰ ਦੇ ਫੈਸਲੇ ਨੂੰ ਖਜ਼ਾਨੇ 'ਤੇ ਬੋਝ ਪਾਉਣ ਵਾਲਾ ਕਰਾ ਰਿਹਾ। ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ 'ਤੇ ਹਾਈਕੋਰਟ ਵਿੱਚ ਚੁਣੌਤੀ ਵੀ ਦੇ ਦਿੱਤੀ ਗਈ ਹੈ। ਕਾਨੂੰਨ ਮੁਤਾਬਕ 17 ਮੰਤਰੀ ਨਿਯੁਕਤ ਕਰ ਸਕਦੀ ਹੈ। ਇਹ ਪਟੀਸ਼ਨਰ ਜਿਹੜੇ ਵਕੀਲ ਹੈ ਕਿ ਹੈ ਜਗਮੋਹਨ ਪੱਟੀ, ਉਹਨਾਂ ਨੇ ਕਿਹਾ ਹੈਗਾ, ਕੈਪਟਨ ਨੇ ਕਿਹਾ ਸਾਨੂੰ ਪਹਿਲਾਂ ਹੀ ਪਤਾ ਸੀ ਵਿਹਲੇ ਵਕੀਲ ਇਹੀ ਕਰਨਗੇ। ਇਸ ਪੂਰੇ ਮੁੱਦੇ ਸਿਆਸਤ ਹੋ ਕੀ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਕਹਿ ਕੀ ਰਹੇ, ਪਹਿਲਾਂ ਸੁਣ ਲਈਏ। ਇਹ ਜਿਹੜੀਆਂ ਕਾਨਫਰੰਸ ਨੇ ਇਹ ਇਹਨਾਂ ਨੂੰ ਦੇਣੇ, ਇਹ ਇੱਕ ਪੋਲੀਟੀਕਲ ਰੋਟੀਆਂ ਸੇਕਣ ਵਾਲੀ ਗੱਲ ਹੈ। ਇਸ ਤੋਂ ਜ਼ਿਆਦਾ ਕੁਛ ਨਹੀਂ, ਲੋਕਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ। 3 ਸਾਲ ਦੇ ਵਿੱਚ ਕਾਂਗਰਸ ਗਵਰਨਮੈਂਟ ਨੇ ਕੋਈ ਭਲਾ ਨਹੀਂ ਕੀਤਾ ਲੋਕਾਂ ਦਾ। ਅਗਰ ਜੇ ਅਪਾਇੰਟਮੈਂਟਸ ਹੋ ਗਈਆਂ ਤਾਂ ਇਹਨਾਂ 6 ਲੋਕਾਂ ਦਾ ਭਲਾ ਜ਼ਰੂਰ ਹੋ ਰਿਹਾ, ਔਰ ਇਹਨਾਂ ਦੀ ਡਿਸਕੁਆਲੀਫਿਕੇਸ਼ਨ ਜ਼ਰੂਰ ਆਏਗੀ, ਜਿਹਦੇ ਉੱਤੇ ਮੈਂ ਰਿਪ੍ਰੈਜੈਂਟ ਕਰ ਰਿਹਾ ਸਪੀਕਰ ਨੂੰ। ਇਹ ਆਫਿਸ ਆਫ ਪ੍ਰੋਫਿਟ ਹੈ, ਆਫਿਸ ਆਫ ਪ੍ਰੋਫਿਟ ਹੋਣ ਦੀ ਵਜ੍ਹਾ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏ। ਤਾਂ ਉਹ ਤਾਂ ਐਕਸਪੈਕਟ ਕਰਦੇ ਸੀ ਅਸੀਂ, ਇਹ ਜਿਹੜੇ ਵਿਹਲੇ ਬੈਠੇ ਨੇ ਲੋਕ, ਉੱਥੇ ਕੋਈ ਵਕੀਲ ਆ ਕੇ ਪਾ ਦਿੰਦਾ, ਕੋਈ ਪਾ ਦਿਓ ਪਾ ਦਿਓ। ਇੱਕ ਪਾਸੇ ਤਾਂ ਪੰਜਾਬ ਸਰਕਾਰ ਵਾਰ ਵਾਰ ਇਹ ਕਹਿੰਦੀ ਆ ਕਿ ਸਾਡਾ ਪੰਜਾਬ ਦਾ ਆਰਥਿਕ ਸੰਕਟ ਚੱਲ ਰਿਹਾ ਹੈਗਾ, ਪੰਜਾਬ ਵਿੱਚ ਪੈਸਾ ਹੈ ਨਹੀਂ, ਖਜ਼ਾਨਾ ਖਾਲੀ ਹੈ। ਦੂਜੇ ਪਾਸੇ 6 ਅਹੁਦੇ ਕ੍ਰੀਏਟ ਕਰਤੇ ਜਿਹਨਾਂ ਦਾ ਕੋਈ ਕੰਮ ਨਹੀਂ ਹੈਗਾ। ਸਭ ਨੂੰ ਪਤਾ ਗਿਆ ਵੀ ਸੀਐਮ ਸਾਹਿਬ ਕੰਮ ਤਾਂ ਕਰਦੇ ਨੇ, ਸਲਾਹਕਾਰ ਫਿਰ ਕਦੇ ਰੱਖੇ ਨੇਗੇ। ਔਰ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਆ, ਸੰਵਿਧਾਨ ਦੀ ਅਵੱਗਿਆ ਹੋਈ ਆ, ਸੰਵਿਧਾਨ ਦਾ ਉਲੰਘਣ ਹੋਇਆ। ਸੁਪਰੀਮ ਕੋਰਟ ਦੀਆਂ, ਹਾਈ ਕੋਰਟ ਦੀਆਂ ਕਿੰਨੀ ਜਜਮੈਂਟਸ ਜਿਹੜੀਆਂ ਉਹ ਇਸ ਗੱਲ ਦੇ ਖਿਲਾਫ ਨੇ ਵੀ ਆਫਿਸ ਐਂਡ ਪ੍ਰੋਫਿਟ ਦਾ ਅਹੁਦਾ ਜਿਹੜਾ ਹੈਗਾ ਉਹ MLA ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਲੇਕਿਨ ਬੜੀ ਬਦਕਿਸਮਤੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਇਸ ਤਰ੍ਹਾਂ ਕਰਕੇ ਫਿਰ ਇੱਕ ਵਾਰ ਕਾਨੂੰਨ ਦੀ ਉਲੰਘਣਾ ਕੀਤੀ ਆ, ਔਰ ਦੂਜੇ ਪਾਸੇ ਖਜ਼ਾਨੇ ਤੇ ਬੋਝ ਪਾਇਆ ਗਾ। ਜਿਹੜਾ ਐਡਵਾਈਜ਼ਰ ਟੂ ਸੀਐਮ ਦਾ ਅਹੁਦਾ ਹੈ ਉਹ ਆਫਿਸ ਆਫ ਪ੍ਰੋਫਿਟ। MLA ਕੋਈ ਵੀ ਇਹੋ ਜਿਹੀ ਪੋਸਟ ਤੇ ਨਹੀਂ ਲੱਗ ਸਕਦਾ ਜਿਹੜੀ ਪੋਸਟ ਆਫਿਸ ਆਫ ਪ੍ਰੋਫਿਟ ਕਹੀ ਜਾਂਦੀ। ਇਹਦੇ ਕਰਕੇ ਜਿਹੜੇ MLA ਸਾਹਿਬਾਨ ਇਹਦੇ 'ਤੇ ਲੱਗਣਗੇ, ਇਹ ਡਿਸਕੁਆਲੀਫਾਈ ਹੋਣਗੇ, ਕਿਉਂਕਿ ਇਲੀਗਲ ਆਰਡਰ ਆ ਗਵਰਨਮੈਂਟ ਦਾ। ਸੰਵਿਧਾਨ ਦੀ ਜਿਹੜੀ ਮੰਸ਼ਾ ਸੀ ਉਹਨੂੰ ਬਾਈਪਾਸ ਕਰਕੇ ਕੀਤਾ ਗਿਆ। ਮੁੱਖ ਮੰਤਰੀ ਸਾਹਿਬ ਚਾਹੁਣ ਤਾਂ ਐਡਵਾਈਜ਼ਰ ਲਾ ਸਕਦੇ ਆ, ਪਰ MLA ਨੂੰ ਐਡਵਾਈਜ਼ਰ ਜਿਹੜਾ ਹੈਗਾ ਸਿੱਟੇ ਨੂੰ ਨਹੀਂ ਲਾਇਆ ਜਾ ਸਕਦਾ, ਕਿਤੇ ਹੋਰ ਜਿਹਨੂੰ ਫਿੱਟ ਸਮਝਣ ਲਾ ਸਕਦੇ। ਇਸ ਕਰਕੇ ਇਹ ਸੰਵਿਧਾਨ ਦੀ ਵੀ ਜਿਹੜੀ ਹੈਗੀ ਹੈ ਅਣਦੇਖੀ ਹੈ, ਔਰ ਨਿਯਮਾਂ ਦੀ, ਰੂਲਾਂ ਦੀ, ਸਾਰੀਆਂ ਚੀਜ਼ਾਂ ਦੀ ਅਣਦੇਖੀ ਹੈ, ਬਿਲਕੁਲ ਅਨਲਾਫੁਲ ਕੰਮ ਹੈ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਕੈਪਟਨ ਦੇ ਸਲਾਹਕਾਰਾਂ ਦੀ ਫੌਜ ਕਿਹੜੀਆਂ ਔਕੜਾਂ ਤੋਂ ਪੰਜਾਬ ਦੀ ਰਾਖੀ ਕਰੇਗੀ। ਇਸ ਸਵਾਲ 'ਤੇ ਬਹਿਸ ਕਰਾਂਗੇ, ਕਿਉਂਕਿ ਫੌਜ ਆ ਜਿਹੜੀ ਉਹ ਪਹਿਲਾਂ ਵੀ ਇੱਕ ਦਰਜਨ ਸਲਾਹਕਾਰ ਅਤੇ OST ਹੈਗੇ ਆ, ਉਸ ਤੋਂ ਬਾਅਦ ਵੀ ਇਹ ਨਵੀਂ ਫੌਜ ਆ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਕਰਕੇ ਸਵਾਲ ਪੁੱਛਾਂਗੇ, ਅਤੇ ਪੈਨਲ ਸਾਡਾ ਮਨਜੋਤ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਜਗਮੋਹਨ ਸਿੰਘ ਭੱਟੀ ਸੀਨੀਅਰ ਵਕੀਲ ਨੇ, ਪਟੀਸ਼ਨਰ ਨੇ, ਇਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਹਾਈਕੋਰਟ ਦਾ ਰੁੱਖ ਕੀਤਾ ਹੈਗਾ, ਹਾਈਕੋਰਟ ਦੇ ਵਕੀਲ ਹੈਗੇ ਆ। ਇਸ ਤੋਂ ਪਹਿਲਾਂ ਵੀ ਇਹ ਪਟੀਸ਼ਨ ਪਾ ਚੁੱਕੇ ਆ, ਜਿਹੜੀ ਪਹਿਲਾਂ ਅਕਾਲੀ ਭਾਜਪਾ ਸਰਕਾਰ ਸੀ ਉਸ ਦੇ ਖਿਲਾਫ ਵੀ ਇਹਨਾਂ ਨੇ ਪਟੀਸ਼ਨ ਪਾਈ ਸੀਗੀ। ਖੱਟਰ ਸਰਕਾਰ ਨੂੰ ਝਟਕਾ ਦੇ ਚੁੱਕੇ ਹੈਗੇ ਆ, ਅਤੇ ਬਹੁਤ ਸਾਰੇ ਸਵਾਲ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਭੱਟੀ ਸਾਹਿਬ ਨੂੰ ਕੈਪਟਨ ਸਾਹਿਬ ਤਾਂ ਕਹਿੰਦੇ ਵਿਹਲੇ ਆ, ਅਤੇ ਵਿਹਲੇ ਵਕੀਲ ਕਿਉਂ ਪਟੀਸ਼ਨਾਂ ਪਾ ਰਹੇ ਆ? ਭੱਟੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਪੁੱਛੂੰਗਾ ਵਿਹਲੇ ਕਿੰਨੇ ਕੁ ਤੁਸੀਂ। ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਕਲੇਰ ਸਾਹਿਬ ਨੂੰ ਵੀ ਰੰਗਾ ਤਜਰਬਾ ਹੈਗਾ ਕਿ ਕਾਨੂੰਨੀ ਨੁਕਤੇ ਕੀ ਹੁੰਦੇ ਆ, ਅਤੇ ਇਸ ਕਰਕੇ ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਕਬਾਲ ਸਿੰਘ ਆਮ ਆਦਮੀ ਪਾਰਟੀ ਬੁਲਾ ਰਹੇ, ਇਕਬਾਲ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ ਕਿ ਕੈਪਟਨ ਸਾਹਿਬ ਕੰਮ ਤਾਂ ਕਰਦੇ ਨਹੀਂਗੇ, ਅਤੇ ਇਹਨਾਂ ਨੂੰ ਸਲਾਹਕਾਰ ਕਾਹਦੇ ਲਈ ਚਾਹੀਦੇ ਹੈ ਕਿ ਆਮ ਆਦਮੀ ਪਾਰਟੀ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂ ਇਹੋ ਜਿਹੀਆਂ ਟਿੱਪਣੀਆਂ ਕਰਦੇ ਪਏ। ਇਕਬਾਲ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਤੌਰ ਤੇ ਸਾਡੇ ਨਾਲ ਮੌਜੂਦ ਰਹਿਣਗੇ। ਮਾਲਵਿੰਦ ਸਿੰਘ ਮਾਲੀ ਅਕਸਰ ਉਸ ਸਿਆਸਤ ਨੂੰ ਨੇੜੇ ਦੇਖ ਚੁੱਕੇ ਆ ਜਿਹੜੀ ਸਿਆਸਤ ਆਪਦੇ ਫਾਇਦੇ ਲਈ ਕੁਝ ਵੀ ਕਰ ਸਕਦੀ ਹੈਗੀ ਹੈ। ਮਾਲੀ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਸਿਆਸਤ ਹੈ, ਇਸ ਨੂੰ ਕੀ ਨਫਾ ਹੋਣਾ ਅਤੇ ਕੀ ਨੁਕਸਾਨ ਹੋਣਾ। ਬਹੁਤ ਸਾਰੇ ਸਵਾਲ ਇਹ ਹੈਗੇ ਆ, ਮਾਲੀ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਭੱਟੀ ਸਾਹਿਬ ਪਹਿਲਾਂ ਤੁਹਾਡੇ ਤੋਂ ਸੁਣ ਲਾ। ਭੱਟੀ ਸਾਹਿਬ ਕੈਪਟਨ ਸਾਹਿਬ ਤਾਂ ਕਹਿ ਰਹੇ ਤੁਸੀਂ ਵਿਹਲੇ ਹੋ, ਅਗਰ ਮੈਂ ਵਿਹਲਾ
कैप्टन साहब की निगाह विच तां मेरा ख्याल है भी मेरा एक छोटा जिहा कीता काम कैप्टन साहब की किड्डी वड्डी बखलाट है इस चीज़ का अंदाजा उन्होंने बयान तो लगाया जा सकता है। अगर जे ये कहा जाए भी कैप्टन साहब की जिहड़ी 150 तो उत्ते वकीलों की फौज है एडवोकेट जनरल वो सारे काम लग गए ने तो ये कैप्टन साहब लिए एक बड़ी जिहड़ी है गलत खबर हो सकती है क्योंकि मैं हुण ये देखांगा भी कैप्टन साहब के जिहड़े मेहनती वकील ने मेहनतकश ने जिहड़े इन्होंने एडवोकेट जनरल पंजाब दे विच भर्ती कीते हैं जिन्हों का जिहड़ा कारगुजारी या शकलगुजारी जिहड़ी है बरगाड़ी कांड दे विच सामने आ गई थी किहो जिहे उन्होंने काम ते करतब किए सीगे इहदे विच भी पता लग जाएगा पंजाब सरकार के वकील किन्ने कु जिहड़े काम वाले ने किन्ने कु मेहनती और किन्ने कु चोणकार ने। मैं अपने वकील भरावां दे उत्ते सवाल नहीं चुकता इस करके नहीं चुकता क्योंकि कैप्टन साहब नूं सवाल चुकन की आदत है ते मैं अपने वकील भरा जिहड़े भी ने मैं उन्हां नूं इह न्योंदा दिंदा इह न्योता बरगाड़ी दा जिक्र क्यों कर रहे हो तुसीं बरगाड़ी दा जिक्र इस लई कर रहा क्योंकि एडवोकेट जनरल अतुल नंदा ने जिस तरह की कारगुजारी पंजाब एंड हरियाणा हाईकोर्ट के बीच दिखाई थी वह किसी तो गुझी छुपी नहीं ना तुहाडे चैनल तो भी गुझी छुपी है और किहो जी इन्होंने कार्रवाई की थी किवें किस तरह दीआं पटीशनां पाईआं किस हिसाब नाल पाईआं यह सारिआं दे सामने है। और पट्टी साहब एक सवाल होर है सारे लोग जानना चाहुंदे आ पट्टी साहब ये तुसीं पटीशन आप पाई है जां तुहानूं किसे ने फीस फूस दित्ती है। मैं ये पटीशन अपनी जेब विचों पाई है जिहड़ा मैं दसवंद करदा पंजाब दे लोगां लई इस दसवंद नूं काम ते लाना कोई मां दा लाल कह के देखे भी मैं इस पटीशन नूं क्या या इन्हां नूं पाउण लई क्या या इन्हां नूं पैसे दित्ते आ घट्टो घट मैनूं भी पता लगे गल गल्लां करनियां बहुत सुखालियां हुंदियां लेकिन चीज़ इह आ अपनी जेब विचों पैसे लाने कोई सियासी मोटिव नहीं हैगा मेरा कोई सियासी मोटिव नहीं ठीक है पट्टी साहब मैं पंजाब दे लोकां दी सुख ते खैर मंगदा इस लई पाई है ठीक है पट्टी साहब वापस आऊंगा तुहाडे कोल। क्लियर साहब अकाली दल क्यों विरोध कर रहा क्योंकि सवाल यह हैगा ऑफिस ऑफ प्रॉफिट के जोड़े मुद्दे पर तुम सारिया पार्टियां घिरी हुई हैं तुम उस विरोध करते हकदार हो कि नहीं। मैं के पी जी पहला ये गल इस गल तो शुरू करूँगा कि जो कैप्टन साहब का एक बयान है कि वेले वकील ये एक सीएम लिए बहुत ही शर्मनाक गल है एक साड़ी बार दे एक सीनियर मैंबर बारे यहाजा कमेंट करना यदि मैं बहुत ज़्यादा जिनी कहो कड़े शब्दों से निंदा करदा। दूजा जो अज पंजाब सरकार का फैसला ये दो पहलू ने ਇਹਦੇ ਇੱਕ ਲੀਗਲ ਪਹਿਲੂ ਹੈ ਇੱਕ ਐਥੀਕਲ ਪਹਿਲੂ ਹੈ ਲੀਗਲ ਪਹਿਲੂ ਤੇ ਪੰਜਾਬ ਨੂੰ ਡਾਈਵਰਟ ਕਰਨਾ ਬੜਾ ਵਧੀਆ ਹੁੰਦਾ ਤੁਹਾਨੂੰ ਕਲੀਅਰ ਸਾਹਿਬ ਲੀਗਲ ਮੈਂ ਸਵਾਲ ਬੜਾ ਸਧਾਰਨ ਕੀਤਾ ਸੀਗਾ ਕਿ ਜਿਹੜੀਆਂ ਪਾਰਟੀਆਂ ਜਿਹੜੀਆਂ ਸਰਕਾਰਾਂ ਆਪ ਇਹਨਾਂ ਮੁੱਦਿਆਂ ਤੇ ਘਿਰਦੀਆਂ ਰਹੀਆਂ ਹੋਣ ਉਹ ਸਵਾਲ ਪੁੱਛਦੀਆਂ ਚੰਗਾ ਲੱਗਦੀਆਂ ਅਕਾਲੀ ਦਲ ਦੀ ਕਦੇ ਵੀ ਨਾ ਤਾਂ ਐਡੀ ਲੰਬੀ ਓਐਸਡੀਆਂ ਦੀ ਫੌਜ ਰਹੀ ਹੈ ਨਾ ਪੋਲੀਟੀਕਲ ਐਡਵਾਈਜ਼ਰਾਂ ਦੀ ਫੌਜ ਰਹੀ ਹੈ ਪੋਲੀਟੀਕਲ ਪਾਲਿਸੀ ਪਟੀਸ਼ਨ सलाह देंगे शायद हुण संदीप संधू जी की सलाह कैप्टन साहब नूं चंगी लगनों हट गई कैप्टन साहब नूं लग्या वी कम नहीं चल रहा हुण 5-7 सलाहकार मैं होर कट्ठे करा ताकि जिहड़े बगावत है पार्टी च उन्हें सरकार दे खर्चे ते मैं बगावत नूं ठल पावां। ठीक है इकबाल सिंह तुसीं भी यही मानते हो कि बगावत नूं ठल पाउण लई सारा कुछ कीता जा रहा है। हाँ बिल्कुल लगता तो यही है क्योंकि देखो सब तो पहला तो जो इन्होंने यह किया मतलब कॉन्स्टिट्यूशन के खिलाफ जाके यह काम किया है मतलब इन्हों डर भोरा नहीं ना कानून का। वैसे मैं सवाल नहीं लिया चाहता दिल्ली वाला इकबाल सिंह पर उत्थे भी यही मुद्दा उठा से ऑफिस ऑफ प्रॉफिट का। देखो दिल्ली का मैं थोड़ा दस दिना दिल्ली के तुम चंगे काम भी देख लिया को जे ये देख उन्होंने कोई ऑफिस ऑफ प्रॉफिट नहीं लिया एक रुपया नहीं उन्होंने खजाने चो लिया उदा उन्होंने देते चलो तुम विभागों काम करो पर सरकारी पैसे का मिसयूज नहीं उन्होंने किसी ने किया तो दूजी गल उन्होंने फैसिलिटियां भी दिल्ली वासियों ने दतिया बजट भी बधाया जे वह दन्ने भी हैं तो किसी को हर्जा नहीं होना जे इतने पहला पंजाब मर रहा इतने किसान मर रहे हैं कर्जा इन्हों तो माफ़ नहीं हो रहा होर किन्ने जो देने की गल हों हड़ा च कह दिन खजाना खाली है इन्हों देने वास्ते पैसा कितों आ जाता गल तो इतने आँदी है ना जे कोई वकील इन्हों के खिलाफ इन्होंने रोकने की कोशिश करता उन्होंने ये ऐ भंडते हैं बिल आए जी एक बार से मैं ब्रेक लेनी ब्रेक से जाने तो पहले एक सवाल का जवाब दे दो मैं जे ये कोई पत्ता नहीं लैणगे सारे ये MLA अनाउंस करना ही पत्ता लेने फिर तुम्हें कबूल है नहीं वो कोर्ट फैसला करूँ मैं कौन हूँ ठीक है ठीक है ब्रेक तो वापस आवेंगे कैप्टन के सलाहकार की फौज पंजाब की कड़ी राखी करेगी कि औकड़ा तो पंजाब बचाएगी बहुत अहम सवाल हैगा तो कैप्टन साहब सलाह हूँ क्यों चाहिए हैगी है सलाह उदों ही क्यों चाहिए हैगी जो अद्धा समा सरकार लंघा चुकी हैगी है माली साहब तो समझने की कोशिश करेंगे ब्रेक तो वापस आ रहे हैं। सवाल एक पुछ रहे बड़ा सवाल अस ये पूछ रहे हैं कैप्टन के सलाहकार की फौज कि औकड़ा तो पंजाब की राखी करेगी माली साहब सवाल बहुत पूछने वाले है कि है पर कांग्रेस का बुलारा कोई नहीं हैगा वैसे उन्होंने इतने आके इस मुद्दे से गल रखनी चाहिए सी राय रखनी चाहिए सी माली साहब
मुख्यमंत्री साहब न इस मौके से अद्धा समा लंघा चुकी है सरकार कि सलाह की लड़ पै कि इन्होंने बरगाड़ी का जिक्र किया कि बरगाड़ी तो अंदरूनी विरोध है जोड़ा उसू ठलन तो नहीं सब कुछ किया जा रहा कि पार्टी के उठती बगावती सुरों में ठलन की कोशिश तो नहीं है कि है की है मुद्दा। देखो पहली गल तो है जी कैप्टन साहब की जी हूँ तक की कारगुजारी है सारे फरंटा आप देख लीए नखिद कारगुजारी है उही नीतियां उही पालसियां जिहड़ियां 10 साल अकाली ते भाजपा करदे रहे उही लुट खसुट उही जिवें खजाने च घरलां पईआं होईआं सी लैंड माफिया सैंड माफिया फलाना माफिया नशा माफिया बिल्कुल उही कंटिन्यू कर रहा जो वादे कीते सी लोकां नाल ओह वादे आले पासे किसानां नूं किहड़ा थोड़ा जिहा ओह दे के उहदे वल्लों सारी पटारी आ जिहड़ी वादिआं दी बंद आ जिहदे करके लोकां दे विच रोस सरकार दे खिलाफ सी जिहड़ा हुण गुस्से दे विच बदल रहा थां थां ते तुसीं देखो भी लोग आ जिहड़े गलियां सड़कां ते इक जां दूजी गल ते उठ रहे ने। दूजी गल कैप्टन दे सारे जिहड़े बंदे आ जिहड़े उहनां दे नाल आ चाहे मंत्री आ जां MLA ओह महसूस करन लग गए भी साडी बेड़ी आ जिहड़ी हुण कैप्टन तों पार नहीं लगणी। नवजोत सिंह सिद्धू वाला भी मसला बाकी बहुत सारियां गल्लां ने जदों कैप्टन ने खुद लुट मचाई हुई आ जदों लटेरा सिस्टम जिवें कहिंदे राम नाम की लूट है लूट सके तां लूट वाजपेयी जी ने किहड़ा कहा सी जदों ओह शरद मेहता वाली डायरी आई सी इस बहती गंगा में हमने भी हाथ धोए हैं भाजपा वाले आए सी सो इह लुट लगी हुई आ बड़ी 10 साल की सोका पिया होया हुण सारिआं दे इह आ भी जिवें ना खजाना निचोड़ लो आपां पर खजाने नूं भरन लई कोई घरल नहीं बंद कीती किसे एक थां ते टैक्स चोरी देख लो तुसीं बेईमानी देख लो एक थां ते भी इह स्टैप नहीं पंजाब च दिस रहा भी पंजाब दे खजाने नूं भरन दी गल कीती आ। मैं कहना तुसीं हड़ देख लो ना जी पंजाब च कितनी तबाही है। माली साहब माली साहब मैं थोड़ा जिहा सरकार दा पॉइंट ऑफ व्यू भी दसदा तुहानूं क्योंकि उहनां दा बुलारा तां कोई है नहीं गा उहनां ने दस्सिया हैगा कि मनरेगा स्मार्ट विलेज तंदुरुस्त मिशन बेघरन लई घरां दी स्कीम घर घर रुजगार सरबत सिहत बीमा योजना स्मार्ट राशन कार्ड महात्मा गांधी सरबत विकास योजना इहदे च मदद कीती जाऊगी इहनां वल्लों जिहड़े नवें सलाहकार हैगे आ फिर सलाहकार प्लानिंग टू जिहड़ा लगाया गया राजमंत्री दर्जा दित्ता गया स्मार्ट स्कूल बुढ़ापा विधवा पेनशन शगन स्कीम देहाती जल सप्लाई ट्रांसपोर्टेशन होर भी बड़ा कुछ हैगा बड़ा लंबा चिट्ठा हैगा इहनां सारे विभागां दे विच काम नूं दुरुस्त करना हैगा इस लई सलाहकारां दी जरूरत सी। देखो जी इक सिस्टम बणिआ होइआ ना जी पहलां भी पहली गल तां सारी अफसरशाही आ फिर MLA ने उन्हां दीआं ड्यूटियां ने फिर मंत्री ने फिर मुख्यमंत्री आ तुसीं जिहड़ियां गल्लां करनियां चाहीदियां तुहानूं उस पासे दा तुरदे नहीं अफसरशाही दा ते सियासतदानां दा इक इहो जिहा नपाक गठजोड़ बन गया। तुसीं देखो भी किन्ने इहनां ने बोर्ड क्रिएट कीते होए ने किहड़े बोर्ड दा की कम आ जी हरेक अफसर आ जिहड़ा रिटायर होण तों पहलां इह गरंटी लैंदा वी मैनूं किहड़े किहदा तुसीं चेयरमैन लाओगे चाहे चीफ सैकटरी ने सैकटरी ने तुहानूं इह रेवड़ियां लगदियां ਰਿਓੜੀਆਂ ਲੁੱਟਾ ਜੀ ਇਹ ਕੱਲੀਆਂ ਰਿਓੜੀਆਂ ਥੋੜਾ ਆ ਚੁੱਪ ਕਰਾਉਣ ਲਈ ਰਿਸ਼ਵਤ ਆ ਇਹ ਰਿਸ਼ਵਤ ਆ ਲੋਕਾਂ ਦੀ ਜੇਬ ਨੂੰ ਕੱਟ ਕੇ ਸਿਆਸੀ ਲੀਡਰਾਂ ਨੂੰ ਰਿਸ਼ਵਤ ਆ ਇਹ ਵੀ ਚੁੱਪ ਰਹੋ ਤੁਹਾਨੂੰ ਹੋਰ ਕੀ ਚਾਹੀਦਾ ਮੰਤਰੀ ਬਣ ਕੇ ਵੀ ਤੁਸੀਂ ਲੁੱਟ ਮਚਾਉਣੀ ਆ ਆ ਲਓ ਤੁਸੀਂ ਪੱਟੀ ਸਾਹਿਬ ਇਸ ਤੋਂ ਪਹਿਲਾਂ ਤੁਸੀਂ ਕਿੰਨੀਆਂ ਪਟੀਸ਼ਨਾਂ ਪਾ ਚੁੱਕੇ ਹੋ ਉਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਥੋੜਾ ਜਿਹਾ ਉਹ ਵੀ ਦੱਸੋ ਸੰਖੇਪ ਵਿੱਚ ਦੱਸਿਓ ਪਲੀਜ਼। ਮੈਂ 2004 ਤੋਂ ਲੱਗ ਕੇ ਅੱਜ ਤੱਕ ਜਿੰਨੀਆਂ ਵੀ ਪਟੀਸ਼ਨਾਂ ਪਾਈਆਂ PIL ਪਾਈਆਂ ਔਰ ਆਪਣੀ ਜੇਬ ਵਿੱਚੋਂ ਖਰਚਾ ਕੀਤਾ ਔਰ ਕਿਸ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਦਾਅਵੇ ਨਾਲ ਕਹਿੰਦਾ ਜੇ ਤੁਹਾਡੇ ਸੀਨੇ 'ਚ ਸੱਚ ਹੋਵੇ ਨਾ ਤੁਸੀਂ ਕੋਠੇ ਚੜ੍ਹ ਕੇ ਨੱਚ ਸਕਦੇ ਹੋ ਇਹ ਨੱਚਣ ਦੀ ਜ਼ਰੂਰਤ ਉਸੇ 'ਚ ਹੀ ਹੁੰਦੀ ਹੈ ਜਿਹਦੇ ਪੱਲੇ ਸੱਚ ਹੁੰਦਾ ਕੋਈ ਵੀ ਸੱਜਣ ਇਹ ਨਹੀਂ ਕਹਿ ਸਕਦਾ ਵੀ ਇਹ PIL ਮੇਰੀ ਸੀਗੀ ਸਟਰਾ ਬਰਨਿੰਗ ਦੇ ਉੱਤੇ PIL ਮੈਂ ਪਾਈ ਸੀਗੀ ਜੱਜਿਸ ਦੀ ਅਪੁਆਇੰਟਮੈਂਟ ਦੀ PIL ਮੈਂ ਪਾਈ ਸੀਗੀ ਫੂਡ ਅਡਲਟਰੇਸ਼ਨ ਦੀ ਮਿਲਕ ਦੀ ਮਿਲਕ ਪ੍ਰੋਡਕਟ ਕੈਪਟਨ ਸਾਹਿਬ ਹੋ ਸਕਦਾ ਪੜ੍ਹਦੇ ਨੇ ਕਿ ਨਹੀਂ ਪੜ੍ਹਦੇ ਕੈਪਟਨ ਸਾਹਿਬ ਤਾਂ ਹੈਲੀਕਾਪਟਰ 'ਤੇ ਤੁਰੇ ਫਿਰਦੇ ਨੇ ਉਹਨਾਂ ਨੂੰ ਕੀ ਪਤਾ ਵੀ ਕਾਰ 'ਤੇ ਜਾਂ ਬੱਸ 'ਤੇ ਜਾ ਕੇ ਆਮ ਲੋਕਾਂ ਦੇ ਦੁੱਖ ਜਾਂ ਦੁੱਖੜੇ ਕਿਵੇਂ ਦੇਖੇ ਜਾ ਸਕਦੇ ਨੇ ਜਾਂ ਸੁਣੇ ਜਾ ਸਕਦੇ ਆ ਜਿੰਨੇ ਹਵਾ 'ਚੋਂ ਹਵਾ 'ਚ ਹੀ ਚੱਲ ਜਾਣਾ ਉਹਨੂੰ ਕੀ ਪਤਾ ਵੀ ਆਮ ਲੋਕਾਂ ਦੇ ਦੁੱਖ ਕੀ ਨੇ ਉਹਨਾਂ ਨੇ ਤਾਂ ਜਿਹੜਾ ਹਵਾਈ ਸਰਵੇਖਣ ਵੀ ਕੀਤਾ ਸੀ ਹੜ੍ਹਾਂ ਦਾ ਉਹ ਵੀ ਜਹਾਜ਼ ਵਿੱਚ ਬਹਿ ਕੇ ਕੀਤਾ ਸੀ ਅਤੇ ਉਹ ਇੱਦਾਂ ਲੱਗਦਾ ਪਿਆ ਸੀ ਵਿਚਾਰੇ ਜਿਹੜੇ ਪ੍ਰੈਸ ਰਿਪੋਰਟਰ ਨਾਲ ਜਾ ਰਹੇ ਹੈ ਉਹਨਾਂ ਦੀ ਬੰਦਸ਼ ਦੇ ਥੱਲੇ ਜਾ ਕੇ ਉਹ ਇੱਧਰ ਸੱਜੇ ਖੱਬੇ ਵੇਖ ਰਹੇ ਨੇ ਅਦਰਵਾਈਜ਼ ਉਹਨਾਂ ਨੇ ਦਿਲੋਂ ਹਵਾਈ ਸਰਵੇਖਣ ਨਹੀਂ ਸੀ ਮੈਨੂੰ ਪਹਿਲਾਂ ਪਟੀਸ਼ਨ ਦਾ ਫੈਸਲਾ ਦੱਸੋ ਕੀ ਕੁਛ ਹੋਇਆ ਸੀਗਾ ਇਹੋ ਜਿਹਾ ਆਫਿਸ ਆਫ ਪ੍ਰੋਫਿਟ ਵਾਲੇ ਮਾਮਲੇ 'ਚ ਆਫਿਸ ਆਫ ਪ੍ਰੋਫਿਟ ਦਾ ਮਾਮਲਾ ਜਿਹੜਾ ਸੀ 21 CPS ਦਾ ਪਾਇਆ ਸੀ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਸੀ ਰੱਦ ਹੋ ਗਈ ਸੀ ਔਰ ਮਾਨਯੋਗ ਹਾਈ ਕੋਰਟ ਨੇ ਕਿਹਾ ਸੀਗਾ ਵੀ ਇਹ ਕਾਨਸਟੀਟਿਊਸ਼ਨ ਦੀ ਉਲੰਘਣਾ ਹੈ ਅਗਰ ਜੇ ਇਹ ਕਿਹੜੀ ਸਰਕਾਰ ਦੇ ਸੀ
हाँ जी केड़ी सरकार दे सी अकाली दल ते बीजेपी दी सरकार सीगी एक चीफ पार्लियामेंट्री सेक्रेटरी उन्होंने बनाए सीगे और उहदे विच ऑफिस ऑफ प्रॉफिट भी जुड़िया होया सी और कई होर मुद्दे भी सी जिहड़े मैं उठाए सी जिहदे विच मैं इह भी कहा सी जिन्नी खजाने नूं टा लगी है वह सारी इन्हां तो रिकवरी जुलाई 2016 च पई सी 2016 च अलाउ हो गई सी उह ठीक है ये काफ़ी देर चलती रही सी फिर खट्टर गवर्नमेंट की भी पाई हुड्डा सरकार की भी पाई किसी ने यहोजे बयान नहीं दिते जो कैप्टन साहब दे रहे हैं और कैप्टन साहब की सूझदारी समझदारी तो सूझबूझ का इतों अंदाजा लगता भी वो पंजाब के लोगों प्रति उम्मीद है तुम्हें उम्मीद है कि हूँ भी थोड़ी पटीशन से सुनवाई हो के फैसला यह आएगा कि ये 6 नवे विधायक हैगे इन्हों ना दिते जा मैं कैप्टन साहब की सारी लीगल टीम को चैलेंज करदा ऑन द फर्स्ट डेट ऑफ हियरिंग अपनी आर्गूमेंट कर देन मेरी पटीशन दे उत्ते और फैसला आवे और कभी यह ना सोचन भी असी अज डेट ले लीए साडे कोल 2 साल रह गए ने असी इहदा बचा करके 2 साल तो लंघाइए तो खैड़ा छुड़ाइए इस पटीशन तो उदू बाद वेखी जाएगी ठीक है इहदी सुनवाई तय हो चुकी है या होनी है इहदी सुनवाई इस हफ्ते किसी वेले भी आ सकती किसी वेले भी आ सकती है क्लियर साहब पट्टी साहब तुसी बतौर अकाली दल सपोर्ट करना चाहते हो या बतौर वकील सपोर्ट करना चाहते हो मैं बतौर वकील भी इन्हों सपोर्ट इस गलते करदा कि इन्होंने जो एक कदम चुकया बहुत वधिया है पर जिस गलते अमरिंदर सिंह जी ने इन्हों के खिलाफ जो अपशब्द बोले ने मैनू बहुत कड़ा इतराज है मेरे प्रोफेसन भी बहुत सीनियर ने पट्टी साहब बहुत सत्कारयोग ने वकील भाईचारे के होने करके मैनू वो शब्दों पर बहुत कड़ा इतराज है सिख सीएम लैवल की शख्सियत में इस तरह नीचे नहीं गिर के बयान देना चाहिए वकील की पट्टी साहब के हक में खड़े हो जाएंगे सारे वकील जरूर मैं तो सबनों कहूंगा जी खड़े होना चाहिए सब ने जे, अगर मैं उरे बह के अगर मेरा खून खोल सकता तो सारे वकीलों का खून खोलूंगा तुहाडा तो अकाली दल करके खोलता पिया ना मेरा वकील करके खोल रहा जी वकील हाँ। अगर एक वकील के तौर पर मैं देखा तो मेरे किसी सीनियर की कोई इस तरह बेइज्जती करूंगा तो मैं वो चीज़ से मैं हमेशा हाँ का नारा मारूंगा ठीक है इकबाल सिंह की इस पूरे मामले के सरकार को झटका लग सकता तुम लगता देखो जी आस तो है क्योंकि इसका इहदा फैसला पहला आ चुकिया उही नकल लग जानी मैनू लगता भी इहदा फैसला बहुत जल्दी आऊगा क्योंकि इहदे च कोई आर्गूमेंट करन दी बहुती जरूरत है नहीं इहदे पर पहला जो कुछ होया पट्टी साहब ने मेहनत की है उही नकलां लग के शायद हाई कोर्ट ने जल्दी फैसला इहदा दे देना इहदे च बहुता लंबा समा मैनू नहीं लगता भी यह टपा पाऊगी सरकार इन्हां दी बेइज्जती होनी होनी है इहदे च क्योंकि कॉन्स्टिट्यूशन दा इन्हां ने उल्लंघन किया इस करके इन्हां नूं देखो ये ता ही तो बुखलाया होया कैप्टन साहब बुखलाहट दे ही नतीजा हुण एडवाइजरां दी फौज है कि उन्हां तो ये कोई सलाह चंगी दिंदा ही नहीं उन्हां भी यह कॉन्स्टिट्यूशन च है नहीं तुसीं की कर रहे फौज तुसीं रखी हो एडवाइजरां दी ओएसडी दी फौज आ हुण तीजी फौज कर ली पंजाब दे लोकां नूं की दे रहे हो भी दस दो उत्थे कुछ नहीं हैगा मतलब ये तो एक ना लुट जिमें कहा ना तरस इन्हों पंजाब ते भोरा रहा नहीं है कैप्टन साहब ने तो पता नहीं की सोचा भी बदला लेना कोई पिछले साल का भी 10 साल सानू सुक्का रखे तो हुण बदला ले रहे हैं मेरे ख्याल पंजाब दे लोकां नाल पर हमदर्दी कोई नहीं पंजाब दे जिन्ना भी इन्ना बुरा हाल है मावां बिलक रहीआं नशे च पुत मर रहे हैं होर किसान मर रहे हैं किसी ते मतलब नहीं लाउंदा है समका उल्टा यह जे लूण भुकण दी जखमां ते कोशिश कर कीती है इन्हां ने उल्टा फिर जो कोई इन्हों रोकता उन्होंने डराने ये देखो एक तो डिक्टेटरशिप हैगी इदा नहीं हों लोकतंत्र है ये कोई अपना हक रखे अपनी गल करे गल कर सकता है चाहे वह वकील है चाहे कोई आम आदमी है पर अज तुसी देख लो हर डिपार्टमेंट लुट मची हुई है थाने ठेकियां दे चढ़ रहे हैं बहुत बुरी हालात इस टाइम पंजाब चल रहा इनू मतलब हुण बचाउण दी लोड़ है जे कोई पट्टी साहब वर्गा मैं कहना देवता बन के बंदा कोई मूहरे आउंदा उहदी मदद सब नूं करनी चाहीदी ठीक है चलो एक होर छोटा ब्रेक लवांगे ब्रेक तों वापस आवांगे सरकारी खजाने ते बोझ पाया जा रहा है उस तो बाद सवाल यह हैगा कि पंजाब विच बहुत मुश्किल है कि पंजाब की किसानी नूं जवानी नूं इहो जिहा कई मुश्किल है जिन्हां दा हल है जिहड़ा जल्दी चाहिए है पर बहुत समा लंघ चुकिया है जो स्थिति कंट्रोल विच ना हो फिर सवाल पूछने लाजमी है कैप्टन साहब जवाब की दे रहे हैं कैप्टन साहब जवाब ये दे रहे हैं कि सानू जिहड़े काम है कि उन्हां नूं सही तरीके नाल चलाउण दे लई सानू किसी जिहड़े योग्यता वाले है कि विधायक है कि वह सानू चाहिए है कि नौजवान चेहरे चाहिए है कि नौजवान चेहरे आन के नौजवानों की मुश्किलों तक पहुँचन किया इस करके इन्हों लाया गया है ब्रेक तो वापस आके कुछ होर सवाल हो जरूर सवाल असं ये पूछ रहे हैं कैप्टन के सलाहकार की फौज कि औकड़ा तो पंजाब की राखी करेगी माली साहब जी माली साहब आ मेरे को हैगी है चिट्ठी जी विधायकों को गई है भी तुम अपॉइंट किया जाता सारा है ये जिहड़े विधायक चिट्ठी है कि उनका मैं एक बयान देख रहा है अमरिंदर सिंह राजा बने का कहना मैं जिहड़ियां सहूलतां है उन्हां तो मैं पासे हो जूँगा मैं बतौर विधायक जिहड़ा कुछ मैनूं मिल रहा है उसे ती मैं काम करूँगा कि इस कदम का स्वागत करना बनता है या नहीं देखो जी पहली गल ये आ भी पंजाब दे विच जिहड़ी अफसरशाही की फौज भर्ती की हुई है चोटी बोझल हुई हुई है आई एस एन
PCS IPS ਦੀ ਉਹਨੂੰ ਜਿਹੜੀਆਂ ਲੱਖਾਂ ਕਰੋੜਾਂ ਅਰਬਾਂ ਰੁਪਏ ਤਨਖਾਹਾਂ ਲੈ ਰਹੇ ਨੇ ਪੱਤੇ ਲੈ ਰਹੇ ਨੇ ਜਿਹਨੂੰ ਕਹਿੰਦੇ ਆ ਟੈਲੈਂਟ ਅਸੀਂ ਮਤਲਬ ਕਲੈਕਟ ਕਰਕੇ ਆ ਜਿਹੜਾ ਉਹ ਚਲਾਇਆ ਜਾ ਰਿਹਾ ਉਹਨਾਂ ਤੋਂ ਕਰਾਉਣਾ ਕੀ ਹੈ ਜੀ ਫਿਰ ਤੁਸੀਂ ਮੈਨੂੰ ਇਹ ਦੱਸੋ ਉਹ ਕਿਉਂ ਨਹੀਂ ਸਲਾਹ ਦੇਣਗੇ ਦੇਖੋ ਇੱਕ ਜਦੋਂ ਵੀ ਰਾਜ ਚੱਲਣਾ ਉਹ ਸੰਵਿਧਾਨ ਦੇ ਅਨੁਸਾਰ ਚੱਲਣਾ ਕਾਇਦੇ ਕਾਨੂੰਨ ਅਨੁਸਾਰ ਚੱਲਣਾ ਪਰ ਮੈਂ ਤੁਹਾਨੂੰ ਜਿਹੜੀ ਪਹਿਲਾਂ ਕਿਹਾ ਨਾ ਜੀ ਇਹ ਇਹਨਾਂ ਦਾ ਬਣ ਗਿਆ ਗੱਠਜੋੜ ਇਹ ਤਾਂ ਹੁਣ ਰਲ ਮਿਲ ਕੇ ਲੁੱਟਦੇ ਨੇ ਅੱਜ ਅਫਸਰ ਕੋਈ ਕਿਸੇ ਫਾਈਲ 'ਤੇ ਨੋਟਿੰਗ ਕਿਉਂ ਨਹੀਂ ਦਿੰਦਾ ਵੀ ਇਹ ਗਲਤ ਆ ਪਹਿਲਾਂ ਤਾਂ ਇਹ ਕਰਦੇ ਨੇ ਵੀ ਤੁਸੀਂ ਐਂ ਲਿਖਿਓ ਮੈਂ ਐਂ ਲਿਖੂ ਫਿਰ ਆਪਣੀ ਗੱਲ ਨਿਕਲੂ ਦੂਜੀ ਗੱਲ ਤਨਖਾਹ ਨਾ ਲਓ ਜੀ ਚਲੋ ਮੈਂ ਨਹੀਂ ਤਨਖਾਹ ਲੈਂਦਾ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ ਨਾ ਫਿਰ ਨਾਲੇ ਮੈਂ ਗੱਲਾਂ ਚੰਗੀਆਂ ਮਾਰ ਲੈਂਦਾ ਇਹਦੇ ਨਾਲ ਤਨਖਾਹ ਨਾਲ ਤਲਕ ਥੋੜ੍ਹਾ ਆ ਆਮ ਆਦਮੀ ਪਾਰਟੀ ਵੀ ਇਹੀ ਕਹਿੰਦੀ ਸੀ ਇੱਕ ਜਿਹੜਾ ਚੀਜ਼ਾਂ ਸੈੱਟ ਕੀਤੀਆਂ ਜਾ ਰਹੀਆਂ ਉਹ ਇਹ ਸੈੱਟ ਕੀਤੀਆਂ ਜਾ ਰਹੀਆਂ ਖਜ਼ਾਨਾ ਖਾਲੀ ਹੈ ਤੇ ਇਹਨਾਂ ਨੂੰ ਪੱਤੇ ਦਿੱਤੇ ਜਾਣਗੇ ਨਹੀਂ ਪੱਤੇ ਵੀ ਦਿੱਤੇ ਜਾਣਗੇ ਇਹ ਵੀ ਗੱਲ ਤੁਹਾਡੀ ਠੀਕ ਆ ਸੰਵਿਧਾਨਕ ਤੌਰ ਤੇ ਵੀ ਗਲਤ ਆ ਨੈਤਿਕ ਤੌਰ ਤੇ ਵੀ ਗਲਤ ਆ ਮੈਂ ਕਹਿਣਾ ਨਹੀਂ ਨੈਤਿਕ ਦਾ ਸਵਾਲ ਵੱਡਾ ਸੰਵਿਧਾਨਕ ਤੌਰ ਦਾ ਸਵਾਲ ਵੱਡਾ ਸੰਵਿਧਾਨਕ ਵਾਲਾ ਵੀ ਵੱਡਾ ਨੈਤਿਕਤਾ ਵਾਲਾ ਵੀ ਵੱਡਾ ਓਕੇ ਕਿਉਂਕਿ ਜਦੋਂ ਤੁਸੀਂ ਸੰਵਿਧਾਨ ਦੀ ਉਲੰਘਣਾ ਕਰੋਗੇ ਉਹ ਅਨੈਤਿਕ ਹੋਇਆ ਹੋਊਗਾ ਪਰ ਮੈਨੂੰ ਜਿਹੜੀ ਜੁਡੀਸ਼ਰੀ ਆ ਨਾ ਜੀ ਜੋ ਮੈਂ ਦੇਖ ਰਿਹਾ ਮੈਨੂੰ ਬਾਹਲੀਆਂ ਵੱਡੀਆਂ ਆਸਾਂ ਨਹੀਂ ਅੱਜ ਕੱਲ੍ਹ ਜੁਡੀਸ਼ਰੀ ਅਤੇ ਪੋਲੀਟਿਕਸ ਆ ਨਾ ਜੀ ਬਹੁਤ ਮਿਲ ਕੇ ਚੱਲ ਰਿਹਾ ਤੁਸੀਂ ਦੇਖੋਗੇ ਜੰਮੂ ਕਸ਼ਮੀਰ ਦਾ ਕੀ ਕਰਤਾ ਐਸ ਵਾਈ ਐਲ ਦਾ ਆਪਸੀ ਸਲਾਹ ਕਰ ਲਈ ਕਿਵੇਂ ਲਮਕਾਤਾ ਮਸਲਾ ਗੱਲਾਂ ਬਾਤਾਂ ਨਾਲ ਕਰ ਲਓ ਗੱਲਾਂ ਬਾਤਾਂ ਨਾਲ ਕਰ ਲਓ ਇਹ ਜਿਹੜੇ ਸਿਆਸਤਦਾਨ ਨੇ ਇਹਨਾਂ ਦੇ ਜੁਡੀਸ਼ਰੀ ਦੇ ਵਿੱਚ ਵੀ ਕਿਹੋ ਜਿਹਾ ਲਿੰਕ ਬਣ ਗਏ ਅਤੇ ਭੱਟੀ ਸਾਹਿਬ ਦੀ ਗੱਲ ਠੀਕ ਆ ਲਮਕਾਉਣਗੇ ਇਸ ਮਸਲੇ ਨੂੰ ਕਿੰਨਾ ਚਿਰ ਆਮ ਆਦਮੀ ਪਾਰਟੀ ਦਾ ਲਮਕ ਗਿਆ ਜੀ ਅਕਾਲੀ ਦਲ ਦਾ ਵੀ ਲਮਕ ਗਿਆ ਜੀ ਮਤਲਬ ਇਹ ਜਿਹੜੀ ਗੱਲ ਆ ਪੱਤੇ ਨਹੀਂ ਲਵਾਂਗੇ ਇਹ ਤਾਂ ਐਵੇਂ ਇੱਕ ਕਹਿਣ ਦੀ ਗੱਲ ਆ ਤੁਹਾਡੇ ਕੋਲ ਇੱਕ ਤਾਕਤ ਆ ਗਈ ਉਹ ਤਾਕਤ ਨਾਲ ਤੁਹਾਨੂੰ ਪੈਸੇ ਇਕੱਠੇ ਕਰਨ ਦਾ ਤਾਕਤ ਤਾਂ ਮਿਲ ਗਈ ਨਾ ਤਨਖਾਹ ਖਜ਼ਾਨੇ 'ਚ ਨਾ ਕਢਾਓ ਦੂਜੇ ਲੋਟ ਕਲੈਕਟ ਕਰਨ ਦੀ ਤਾਕਤ ਤਾਂ ਮਿਲ ਗਈ ਨਾ ਜੀ ਫਾਈਲਾਂ 'ਤੇ ਤੁਹਾਨੂੰ ਸਾਈਨ ਕਰਨ ਦੀ ਤਾਕਤ ਤਾਂ ਮਿਲ ਗਈ ਨਾ ਜੀ ਅਤੇ ਫਿਰ ਹੁਣ ਤੱਕ ਜਿਹੜੇ ਤੁਸੀਂ ਸਾਰੇ ਮਹਿਕਮੇ ਗਣਾਏ ਨੇ ਹੁਣ ਤੱਕ ਉਹਨਾਂ ਦਾ ਕੰਮ ਕੌਣ ਚਲਾਉਂਦਾ ਜੀ ਮਨਰੇਗਾ ਦਾ ਹਾਲ ਕੀ ਹੈ ਪੰਜਾਬ 'ਚ ਕਿਸੇ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਬਹਿਸ ਕਰਦੇ ਹੋ ਗ੍ਰਾਮ ਪੰਚਾਇਤ ਕਿਤੇ ਕਿਉਂ ਨਹੀਂ ਹੁੰਦੀ ਜੀ ਕਿਉਂ ਨਹੀਂ ਪਿੰਡ ਦਾ ਪੰਚਾਇਤ ਦਾ ਹਿਸਾਬ ਉੱਥੇ ਕਿਉਂ ਨਹੀਂ ਹੁੰਦਾ ਜੀ ਬਾਦਲ ਵੇਲੇ ਜਿਹੜੀ ਕਰੋੜ ਕਰੋੜਾਂ ਦੀ ਗ੍ਰਾਂਟ ਇੱਕ ਪਿੰਡ ਨੂੰ ਦਿੱਤੀ ਗਈ ਹੈ ਉਹਦੀ ਜਾਂਚ ਹੁਣ ਤੱਕ ਕਿਉਂ ਨਹੀਂ ਹੋਈ ਜੀ ਸਿਰੇ ਕਿਉਂ ਨਹੀਂ ਲੱਗੀ ਜੀ ਲੋਕ ਕਹਿੰਦੇ ਨੇ ਸਾਡੇ ਲੱਗੇ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਇਹ ਐਵੇਂ ਝੂਠੀਆਂ ਗੱਲਾਂ ਨੇ ਇਹਨੂੰ ਕੋਈ ਵੀ ਸੱਚ ਨਹੀਂ ਮੰਨਦਾ ਮੈਂ ਤਾਂ ਦੋ ਸਰਕਾਰਾਂ ਨਾਲ ਰਿਹਾ ਜਿਹੜੇ ਬੰਦੇ ਨੂੰ ਫਾਇਦਾ ਦੇਣਾ ਹੁੰਦਾ ਉਹਨੂੰ ਨਿਯੁਕਤੀ ਦਿੱਤੀ ਜਾਂਦੀ ਆ ਨਾ ਇਹ ਕਿਸੇ ਦੀ ਮੰਨਦੇ ਨੇ ਨਾ ਕਿਸੇ ਦੀ ਸਲਾਹ ਲੈਂਦੇ ਨੇ ਇੱਕ ਸਵਾਲ ਮਾਲੀ ਸਾਹਿਬ ਚਲੋ ਠੀਕ ਹੈ ਤੁਸੀਂ ਜਿਹੜੀ ਗੱਲ ਆਪ ਕਹੀ ਹੈਗੀ ਆ ਕਿ ਮੈਂ ਦੋ ਸਰਕਾਰਾਂ ਨਾਲ ਰਿਹਾ ਹੈਗਾ ਮਾਲੀ ਸਾਹਿਬ ਇਹ ਜਿਹੜੇ 6 MLA ਲਾਏ ਹੈਗੇ ਆ ਇਹਨਾਂ ਨੂੰ ਫਾਇਦਾ ਦੇਣਾ ਜਾਂ ਜਿਹੜੀ ਬਗਾਵਤ ਵਾਲੀ ਗੱਲ ਅਕਾਲੀ ਦਲ ਕਹਿ ਰਿਹਾ ਉਸ ਬਗਾਵਤ ਨੂੰ ਠੱਲ ਪਾਣੀ ਹੈ ਤੀਜਾ ਸਵਾਲ ਹੋਰ ਤੀਜਾ ਸਵਾਲ ਜਿਹੜਾ ਇਸ ਵਕਤ ਉੱਠ ਰਿਹਾ ਹੈਗਾ ਕਿ ਬਰਗਾੜੀ ਵਾਲੇ ਇਸ਼ੂ 'ਤੇ ਅੰਦਰੋਂ ਵਿਰੋਧ ਬਹੁਤ ਹੋ ਰਿਹਾ ਅਤੇ ਉਸ ਨੂੰ ਵੀ ਠੱਲ ਪਾਉਣੀ ਹੈਗੀ ਦੇਖੋ ਜੀ ਤਿੰਨੇ ਵੈਲਡ ਸਵਾਲ ਨੇ ਕਿਉਂਕਿ ਤਿੰਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਦੋਂ ਲੋਕਾਂ ਦੇ ਹੇਠੋਂ ਅੱਗ ਮੱਚਦੀ ਹੈ ਨਾ ਜੀ ਹੜ੍ਹਾਂ ਨੇ ਇਹਨਾਂ ਦੀ ਇੰਨੀ ਬਦਨਾਮੀ ਕਰਾਤੀ ਸਰਕਾਰ ਕੀ ਕਰ ਰਹੀ ਹੈ ਹੜ੍ਹਾਂ 'ਚ ਜੀ ਲੋਕ ਮਰ ਰਹੇ ਨੇ ਡੁੱਬ ਰਹੇ ਨੇ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਹੈ ਜੀ ਅੱਜ ਤੱਕ ਤੁਸੀਂ ਸਰਕਾਰ ਦਾ ਕੋਈ ਰੋਲ ਦੇਖਿਆ ਕਿਸੇ ਥਾਂ 'ਤੇ ਕਿਸੇ ਵੀ ਥਾਂ 'ਤੇ ਖੁਦਕੁਸ਼ੀਆਂ ਬਾਰੇ ਤੁਸੀਂ ਦੇਖੋ ਨਸ਼ਿਆਂ ਬਾਰੇ ਦੇਖੋ ਰੋਜ਼ ਦੋ ਦੋ ਤਿੰਨ ਤਿੰਨ ਮੌਤਾਂ ਹੋ ਰਹੀਆਂ ਨੇ ਕਿਤੇ ਕੋਈ ਗੱਲ ਹੋ ਰਹੀ ਆ ਇਸ ਕਰਕੇ ਲੋਕਾਂ 'ਚ ਰੋਸ ਆ ਜਦੋਂ ਲੋਕਾਂ 'ਚ ਰੋਸ ਆ ਮਸਲੇ ਹੱਲ ਨਹੀਂ ਹੋ ਰਹੇ ਜੋ ਵਾਅਦੇ ਕੀਤੇ ਸੀ ਜਦੋਂ ਇਹ ਕਹਿੰਦੇ ਸੀ ਉਹ ਪੂਰੇ ਨਹੀਂ ਹੋ ਰਹੇ ਪਾਰਟੀ 'ਚ ਰੋਸ ਆ ਚਲੋ ਇੱਕ ਹੋਰ ਸਵਾਲ ਦਾ ਜਵਾਬ ਦੇ ਦਿਓ ਵੈਸੇ ਇਹ ਸਵਾਲ ਬੜਾ ਸਧਾਰਨ ਵੀ ਹੈ ਅਤੇ ਔਖਾ ਵੀ ਹੈਗਾ ਦੋ ਸਰਕਾਰਾਂ ਨਾਲ ਤੁਸੀਂ ਕੰਮ ਕੀਤਾ ਦੋਨਾਂ ਸਰਕਾਰਾਂ ਦੇ ਵਿੱਚੋਂ ਕਾਰਗੁਜ਼ਾਰੀ ਤੁਹਾਨੂੰ ਕਿੰਨੀ ਬਿਹਤਰ ਲੱਗਦੀ ਪਈ ਉਸ ਰਾਹ ਇੱਕੋ ਰਾਹ ਦੇ ਰਾਹੀਂ ਕੋਈ ਫਰਕ ਨਹੀਂਗਾ ਨਾ ਦੇਖੋ ਕੈਪਟਨ ਨੇ ਇੱਕ ਸਿਸਟਮ ਸ਼ੁਰੂ ਕੀਤਾ ਸੀ ਪੈਸੇ ਬਣਾਉਣ ਦਾ ਸੁਖਬੀਰ ਨੇ ਆ ਕੇ ਉਹਨੂੰ ਹਾਇਰ ਲੈਵਲ 'ਤੇ ਲੈ ਗਿਆ ਇਹ ਕੈਪਟਨ ਆ ਜਿਹੜਾ ਇਹ ਉਹਨੂੰ ਕੰਟੀਨਿਊ ਕਰ ਰਿਹਾ ਮਤਲਬ ਕੋਈ ਕਿਸੇ ਨੇ ਲੁੱਟ ਦਾ ਮਾਲ ਰੋਕਣ ਤੋਂ ਲੋਕਾਂ ਦੇ ਟੈਕਸ ਬਚਾਉਣ ਤੋਂ ਕੋਈ ਗੱਲ ਕੀਤੀ ਹੋਵੇ ਮੈਨੂੰ ਸਾਹਮਣੇ ਨਹੀਂ ਦਿਸਦੀ ਕਲੀਅਰ ਸਰ ਇਹ ਜਿਹੜਾ ਤਰਕ ਹੈਗਾ ਮਾਲੀ ਸਾਹਿਬ ਦਾ ਉਸਦਾ ਕੋਈ ਜਵਾਬ ਹੈਗਾ ਤੁਹਾਡੇ ਕੋਲ ਦੇਖੋ ਜੀ ਮਾਲੀ ਸਾਹਿਬ ਨੇ ਤਾਂ ਕੋਈ ਵੀ ਗੱਲ ਕੋਈ ਵੀ ਐਲੀਗੇਸ਼ਨ ਲਾ ਦੇਣਾ ਲਾਈ ਜਾਣ ਇਹਨਾਂ ਦਾ ਹੱਕ ਹੈ ਡੈਮੋਕ੍ਰੇਸੀ ਹੈ ਕਿਉਂਕਿ ਦੋ ਸਰਕਾਰਾਂ ਨਾਲ ਮੈਂ ਕੰਮ ਕੀਤਾ ਹੋਊਗਾ ਪੁੱਛ ਲਓ ਕੀ ਕੰਮ ਕੀਤਾ ਪੁੱਛ ਲਓ ਮੜਾ ਪਹਿਲੋ ਕਲੀਅਰ ਸਰ ਤੁਸੀਂ ਪੁੱਛ ਲਓ ਮੈਂ ਨਹੀਂ ਪੁੱਛਦਾ ਤੁਸੀਂ ਪੁੱਛ ਲਓ ਕੋਈ ਗੱਲ ਨਹੀਂ ਮਾਲੀ ਸਾਹਿਬ ਬੜੇ ਸਿਆਣੇ ਬੰਦੇ ਪੁੱਛ ਲਓ ਮਾਲੀ ਸਾਹਿਬ ਨੇ ਕੀ ਕੰਮ ਕੀਤਾ ਦੋ ਸਰਕਾਰਾਂ ਦੇ ਨਾਲ ਪੁੱਛ ਲਓ ਇੱਕ ਵਾਰੀ ਮਾਲੀ ਸਾਹਿਬ ਦੱਸ ਦਿਓ ਮੈਨੂੰ ਪਤਾ ਲੱਗ ਜੂਗਾ ਮਾਲੀ ਸਾਹਿਬ ਕੀ ਕੰਮ ਕੀਤਾ ਜੀ ਤੁਸੀਂ ਸਰ ਮੈਨੂੰ ਕੀ ਦੱਸਣਾ ਜੀ ਤੁਸੀਂ ਟੀਵੀ ਤੇ ਦੱਸ ਦਿਓ ਜੀ ਸਰੋਤਿਆਂ ਨੂੰ ਦੱਸ ਦਿਓ ਨਹੀਂ ਨਹੀਂ ਚਲੋ ਮੈਂ ਹੀ ਦੱਸ ਦਿੰਦਾ ਮੈਂ ਦੋਹਾਂ ਸਰਕਾਰਾਂ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਭਰਤਿੰਦਰ ਚਾਹਲ ਤੇ ਹਰਚਰਨ ਵੈਂਸ ਨਾਲ ਉਹਦੇ ਐਜ ਏ ਪਬਲਿਕ ਰਿਲੇਸ਼ਨ ਅਫਸਰ ਕੰਮ ਕੀਤਾ ਮੇਰੀ ਸਰਵਿਸ ਉੱਥੇ ਅਟੈਚ ਕੀਤੀ ਹੋਈ ਸੀ ਵੈਸੇ ਮੈਂ ਐਜੂਕੇਸ਼ਨ ਡਿਪਾਰਟਮੈਂਟ 'ਚ ਸੀ ਮੈਂ ਉੱਥੋਂ ਦੇਖਿਆ ਸਾਰਾ ਕੁਝ ਕੀ ਚੱਲ ਰਿਹਾ ਹਾਂਜੀ ਕਲੀਅਰ ਸਾਹਿਬ ਹੁਣ ਜਵਾਬ ਮੈਂ ਨਾ ਜੀ ਮੈਂ ਮਾਲੀ ਸਾਹਿਬ ਦੀ ਗੱਲ ਮਾਲੀ ਸਾਹਿਬ ਨੇ ਚਲੋ ਇੱਕ ਚੀਜ਼ ਇੱਕ ਐਲੀਗੇਸ਼ਨ ਲਾਉਣਾ ਟੀਵੀ ਤੇ ਬਹਿ ਕੇ ਮਾਲੀ ਸਾਹਿਬ ਬਿਹਤਰ ਜਾਣਦੇ ਨੇ ਕਿ ਇਹਨਾਂ ਨੇ ਉਹ ਕਿਸ ਬੇਸਿਸ ਤੇ ਗੱਲ ਕਹੀ
ਉਹਨਾਂ 'ਚੋਂ ਕੋਈ ਬਜ਼ੁਰਗ ਹੈਗਾ ਜੀ ਮੈਨੂੰ ਦੱਸੋ, ਇੱਕ ਵੀ ਬੰਦਾ, ਉਹ ਸਾਰੇ ਯੰਗ ਮੁੰਡੇ ਨੇ। ਅਤੇ ਹੁਣ ਜਦੋਂ ਪੰਜਾਬ ਨੂੰ ਲੋੜ ਸੀ, ਹੜ੍ਹਾਂ ਦੀ ਤ੍ਰਾਸਦੀ ਸੀ, ਲੋਕ ਤਰਾਹੀ ਤਰਾਹੀ ਕਰ ਰਹੇ ਸੀ, ਮਹਾਰਾਜਾ ਸਾਹਿਬ ਦਾ ਇੱਕ ਵੀ OSD ਕਿਸੇ ਪਿੰਡ 'ਚ ਕਿਸੇ ਬੰਦੇ ਨੇ ਦੇਖਿਆ ਕਿ ਉਹ ਅੱਗੇ ਲੱਗ ਕੇ ਰਾਹਤ ਕਾਰਜ ਚਲਾ ਰਿਹਾ? ਜਾਂ ਅੱਜ ਹੁਣ ਤੁਸੀਂ 6 ਨਵੇਂ ਪੋਲੀਟੀਕਲ ਐਡਵਾਈਜ਼ਰ ਲਾ ਲਏ, ਇਹ ਪੋਲੀਟੀਕਲ ਐਡਵਾਈਜ਼ਰ ਤੁਸੀਂ ਵੈਸੇ ਹੀ ਇੱਕ ਕਮੇਟੀ ਬਣਾ ਲਓ ਜੀ ਸੀਨੀਅਰ MLA ਦੀ, ਤੁਹਾਨੂੰ ਐਡਵਾਈਸ ਚਾਹੀਦੀ ਹੈ ਕੀ? ਉਹਨਾਂ ਨੂੰ ਕੈਬਨਿਟ ਰੈਂਕ ਦੇ ਕੇ ਕੀ ਉਹਨਾਂ ਨੂੰ ਸਹੂਲਤਾਂ ਦੇ ਕੇ ਉਹ ਐਡਵਾਈਸ ਦੇਣਗੇ ਤੁਹਾਨੂੰ? ਅਗਰ ਮੁੱਖ ਮੰਤਰੀ ਨੇ ਕਿਸੇ ਤੋਂ ਸਲਾਹ ਲੈਣੀ ਹੈ ਤਾਂ ਮੁੱਖ ਮੰਤਰੀ ਨੇ ਇੱਕ ਵੱਡੇ MLA ਦੀ ਕਹਾਏ ਪਾਵਰਡ ਕਮੇਟੀ ਬਣਾ ਲੈਣੀ ਹੈ, ਉਹ ਤੋਂ ਸਲਾਹ ਲੈ ਲੈਣੀ ਹੈ ਮੁੱਖ ਮੰਤਰੀ ਨੇ। ਸੋ ਇਹ ਸਰਾਸਰ ਜਿਹੜਾ ਇਹ ਬਣਾਇਆ ਹੈਗਾ ਸਿਰਫ ਤੇ ਸਿਰਫ ਆਪਦੀ ਅੰਦਰੂਨੀ ਬਗਾਵਤ ਰੋਕਣ ਲਈ, ਬੰਦੇ ਚਹੇਤਿਆਂ ਨੂੰ ਐਡਜਸਟ ਕਰਨ ਲਈ। ਤੁਹਾਨੂੰ ਬਰਗਾੜੀ ਕਾਂਡ ਦਾ ਕੋਈ ਤਾਲੁਕ ਲੱਗਦਾ ਇਸ ਨਾਲ? ਬਰਗਾੜੀ ਕਾਂਡ ਦਾ ਇਹਦੇ ਨਾਲ ਨਹੀਂ ਜੀ, ਇਹ ਤਾਂ ਕਾਂਗਰਸ ਦੇ ਅੰਦਰ ਹੀ ਇੰਨੀ ਜ਼ਿਆਦਾ, ਕਿਉਂਕਿ ਜਦੋਂ ਤੁਸੀਂ ਸਰਕਾਰ ਬਿਲਕੁਲ ਹੀ ਨੋਨ ਪਰਫੋਰਮੈਂਸ 'ਤੇ ਹੋਵੇ, ਸਰਕਾਰ ਦੇ ਵਿੱਚ MLA ਨੇ ਗਾਹਾਂ ਲੋਕਾਂ ਦੇ ਵਿੱਚ ਜਾਣਾ, ਇੱਕ ਉਹਨਾਂ ਦੇ ਅੰਦਰ ਬੇਚੈਨੀ ਜਿਹੜੀ ਵੱਧ ਰਹੀ ਹੈ ਸਿਰਫ ਉਹਨੂੰ ਠੱਲ ਪਾਉਣ ਲਈ। ਤੁਹਾਨੂੰ ਨੋਨ ਪਰਫੋਰਮਿੰਗ ਵਿੱਚ ਨਹੀਂ ਲੱਗਦਾ? ਬਰਗਾੜੀ ਵਾਲਾ ਇਸ਼ੂ ਇੱਕ ਬਹੁਤ ਸੈਂਸਿਟਿਵ ਇਸ਼ੂ ਹੈ ਜੀ, ਅਸੀਂ ਤਾਂ ਉਹਨੂੰ ਕਹਿੰਦੇ ਹਾਂ ਨੋਨ ਪਰਫਾਰਮਿੰਗ ਵਾਲਾ ਲੱਗਦਾ ਕਿ ਨਹੀਂ ਲੱਗਦਾ? ਲੱਗਦਾ ਜੀ, ਬਿਲਕੁਲ ਲੱਗਦਾ, ਅਸੀਂ ਤਾਂ ਕਹਿੰਦੇ ਹਾਂ। ਤੁਸੀਂ ਇਸ ਸਵਾਲ ਤੋਂ ਬਚਦੇ ਕਿਉਂ? ਬਚਦੇ ਨਹੀਂ ਹੈਗੇ, ਬਚਦੇ ਨਹੀਂ ਹੈਗੇ ਜੀ। ਬਰਗਾੜੀ ਤਾਂ ਇੱਕ ਅਸਤਾ ਕਹਿੰਦੇ ਹਾਂ ਕਿ ਲੈ ਕੇ ਆਓ ਸਾਹਮਣੇ, ਉਹ ਵੀ ਜਾਂਚ ਇਹਨਾਂ ਨੇ ਕੀ ਕੀਤੀ ਹੈ, ਜਾਂਚ ਦਾ ਮਜ਼ਾਕ ਬਣਾ ਕੇ ਰੱਖਤਾ ਇਹਨਾਂ ਨੇ। ਬਸ ਤੁਹਾਨੂੰ ਕਿਹੜਾ ਵੱਡਾ ਇਸ਼ੂ ਲੱਗਦਾ ਜਿਸ ਕਰਕੇ ਸਰਕਾਰ ਨੂੰ ਫੈਸਲਾ ਕਰਨਾ ਪਿਆ? ਅੰਦਰੂਨੀ ਬਗਾਵਤ, ਬਰਗਾੜੀ ਕਾਂਡ ਕਰਕੇ ਅੰਦਰੂਨੀ ਬਗਾਵਤ, ਜਾਂ ਜਿਹੜੇ ਹੈਗੇ ਆ ਲੋਕਾਂ ਦਾ ਰੋਸ ਹੈਗਾ ਉਸ ਨੂੰ ਠੱਲ ਪਾਉਣ ਦੀ ਕੋਸ਼ਿਸ਼, ਕਿਉਂਕਿ ਇਹਨਾਂ ਵਿਧਾਇਕਾਂ ਦੇ ਪਿੱਛੇ 2-2 ਲੱਖ ਵੋਟਾਂ ਹੈਗੀਆਂ, 1.5 ਲੱਖ ਵੋਟਾਂ ਹੈਗੀਆਂ, ਅਤੇ ਸਾਰੇ ਏਰੀਏ ਨੂੰ ਸੈਟਲ ਕਰਨਾ, ਮਾਝਾ ਮਾਲਵਾ ਦੁਆਬਾ, ਤੁਹਾਨੂੰ ਕੀ ਲੱਗਦਾ? ਨਹੀਂ, ਜਿਵੇਂ ਮਾਲੀ ਜੀ ਨੇ ਕਿਹਾ ਨਾ, ਇਹ ਸਾਰੇ ਹੀ ਫੈਕਟਰ ਹੈਗੇ ਜੁਆਇੰਟ, ਇਹਨਾਂ ਤੋਂ ਇਹ ਨਹੀਂ ਕਹਿ ਸਕਦੇ ਵੀ ਇਹ ਇੱਕ ਹੈਗਾ, ਸਾਰੇ ਹੀ ਹੈਗੇ। ਕਾਂਗਰਸ 'ਚ ਬਹੁਤ ਵੱਡੀ ਬਗਾਵਤ ਹੋਣ ਜਾ ਰਹੀ ਹੈ, ਅੰਦਰੋਂ ਅੰਦਰੀ ਧੁਖ ਰਹੀ ਹੈ ਕਾਂਗਰਸ, ਉਹਨੂੰ ਇਹ ਡਰਦੇ ਮਾਰੇ ਬਗਾਵਤ ਹੋ ਕੇ ਕਾਂਗਰਸ ਜਾਊ ਕਿੱਧਰ? ਰਾਹ ਤਾਂ ਦੱਸ ਦਿਓ ਕਿ ਮੈਨੂੰ ਨਹੀਂ ਜਾਊ ਰਾਹ ਕਿਦਾਂ ਤੁਹਾਡੀ ਪਾਰਟੀ ਤਾਂ ਬਗਾਵਤ, ਠੀਕ ਹੈ, ਅਕਾਲੀ ਦਲ ਵਿੱਚ ਉਹ ਉਹਨਾਂ ਦਾ ਜਾਣਾ ਬੜਾ ਔਖਾ ਲੱਗਦਾ ਪਿਆ ਹੈਗਾ ਜਿਸ ਤਰੀਕੇ ਨਾਲ ਸਥਿਤੀ ਹੈਗੀ ਹੈ। ਜੇ ਕੋਈ ਨਵੀਂ ਪਾਰਟੀ ਆ ਰਹੀ ਹੈ ਜਾਂ ਪਹਿਲਾਂ ਬੈਠੀ ਇੱਥੇ ਪਾਰਟੀ ਕੁਛ ਨਵਾਂ ਕਰਨ ਜਾ ਰਹੀ ਹੈ, ਫਿਰ ਤਾਂ ਮੈਂ ਬਗਾਵਤ ਵਾਲਾ ਤਰਕ ਸਮਝਣ ਦੀ ਕੋਸ਼ਿਸ਼ ਕਰਾਂ ਤੁਹਾਡੇ ਤੋਂ। ਨਹੀਂ ਨਹੀਂ ਗੱਲ ਇਹ ਹੈ, ਮਾਲੀ ਸਾਹਿਬ ਆ ਰਹੇ, ਮੈਨੂੰ ਪਤਾ ਤੁਸੀਂ ਇੱਥੇ ਜਵਾਬ ਦਿਓਗੇ। ਮੈਂ ਤੁਹਾਨੂੰ ਦੱਸ ਦਿੰਦਾ, ਕਦੇ ਵੀ ਹਤਾਸ਼ ਹੋਣ ਦੀ ਲੋੜ ਨਹੀਂ ਹੁੰਦੀ, ਆਪੇ ਬੱਦਲ ਬਣ ਜੇ ਕਰਦੇਗੇ, ਬਣ ਜਾਣਾ। ਬੱਦਲ ਤੁਹਾਡੇ ਵੱਲ ਤਾਂ ਨਹੀਂ ਆ ਰਹੇ ਸੀ? ਮੈਂ ਕਹਿੰਦਾ ਸਾਡੇ ਵੱਲ ਵੀ ਆ ਜਾਣਗੇ, ਅਸੀਂ ਕੋਈ ਮਾੜਾ ਤਾਂ ਕੀਤਾ ਨਹੀਂ, ਸਾਡੇ 'ਤੇ ਕੋਈ ਕਰਪਸ਼ਨ ਦਾ ਦਾਗ ਨਹੀਂ। ਠੀਕ ਹੈ, ਕੋਈ ਬੰਦੇ ਗਲਤ ਆਏ ਸੀ, ਉਹ ਨਿਕਲ ਗਏ, ਉਹ ਵੀ ਹੁਣ ਖਤਮ ਹੋ ਗਏ, ਆਪੇ ਉੱਠ ਜਾਊਗੀ। ਸਮਾਂ ਲੱਗਦਾ, ਅਕਾਲੀ ਦਲ ਨੂੰ ਕੀ 1919 'ਚ ਬਣਾਇਆ ਵਾ, 1997 'ਚ ਟਨਿਓਰ ਪੂਰੀ ਕੀਤੀ ਸੀ, ਸਮਾਂ ਲੱਗਦਾ। ਸਾਡੀ ਪਾਰਟੀ ਦਾ ਨਵੀਂ ਹੈ ਜੇ, ਇਹਦੇ 'ਚ ਸਭ ਛੱਟ ਕੇ ਅੱਗੇ ਨਵੇਂ ਚੰਗੇ ਮੁੰਡੇ ਆ ਜਾਣਗੇ, ਇਹ ਵੀ ਪਾਰਟੀ ਖੜੀ ਹੋ ਸਕਦੀ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਦਿੱਲੀ 'ਚ ਅਸੀਂ ਵਧੀਆ ਕੰਮ ਕੀਤਾ, ਲੋਕਾਂ ਨੂੰ ਦਿਖਾਇਆ ਕਰਕੇ, ਜੇ ਲੋਕਾਂ ਨੂੰ ਦਿੱਲੀ ਵਰਗਾ ਸਹੂਲਤਾਂ ਚਾਹੀਦੀਆਂ ਤਾਂ ਇੱਥੇ ਵੀ ਕਿਉਂ ਨਹੀਂ ਹੋ ਸਕਦਾ, ਸਭ ਕੁਛ ਹੋ ਸਕਦਾ। ਇਸ ਕਰਕੇ ਇਹ ਚੀਜ਼ਾਂ ਨਹੀਂ ਹੈਗੀਆਂ। ਬਾਕੀ ਜਿਹੜੀ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਸੀਗਾ, ਜੇ ਸਲਾਹ ਦੀ ਲੋੜ ਸੀ ਸਰਦਾਰਾ ਸਿੰਘ ਜੋੜ ਦੀ ਲੈਂਦੇ ਇਹ, ਕਿਉਂਕਿ ਉਹਨਾਂ ਕਿਹਾ ਵੀ ਮੈਨੂੰ ਇੱਕ ਚੰਗਾ ਇਮਾਨਦਾਰ ਮੁੱਖ ਮੰਤਰੀ ਦੇ ਦਿਓ, ਮੇਰਾ ਗੋਲੀ ਮਾਰ ਦਿਓ, ਜੇ 5 ਸਾਲ 'ਚ ਮੈਂ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜਾ ਨਾ ਕਰ ਦੇਵਾਂ। ਜੇ ਸਲਾਹ ਦੀ ਲੋੜ ਸੀ, ਉਹੋ ਜਿਹੇ ਉਹਨਾਂ ਦੀ ਬੁੱਧੀਜੀਵੀਆਂ ਦੀ ਸਲਾਹ ਲੈਂਦੇ, ਇਹ ਇਹਨਾਂ ਨੇ MLA ਨੇ ਕੀ ਸਲਾਹ ਦੇਣੀ ਹੈ? ਸਾਡੇ ਕੋਲ ਸਲਾਹ ਨੂੰ ਬੈਠੇ ਹੈ ਬਹੁਤ, ਸਾਡੇ ਕੋਲ ਵੱਡੇ ਵੱਡੇ ਦਿਮਾਗ ਬੈਠੇ, ਉਹਨਾਂ ਦੀ ਸਲਾਹ ਲਓ, ਉਹਨਾਂ ਦੀ ਲੈਣੀ ਨਹੀਂ ਹੈਗੀ, ਲੈਣੀ ਇਹਨਾਂ ਨੇ ਆਪਣੇ ਖੁਸ਼ ਕਰਨ ਵਾਸਤੇ ਸਭ ਕੀਤਾ ਗਿਆ, ਹੋਰ ਗੱਲ ਕੁਛ ਨਹੀਂ ਹੈਗੀ ਇਹਦੇ 'ਚ। ਠੀਕ ਹੈ, ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਬਹੁਤ ਸਾਰੇ ਸਵਾਲ ਇਹੋ ਜਿਹੇ ਹੈਗੇ ਆ, ਜਿਹੜੀ ਬਗਾਵਤ ਵਾਲੀ ਗੱਲ ਉੱਠ ਰਹੀ ਹੈਗੀ ਆ, ਬਗਾਵਤ ਕਰਕੇ ਕਾਂਗਰਸੀ ਜਾਣਗੇ ਕਿੱਧਰ? ਸਵਾਲ ਬਹੁਤ ਵੱਡਾ ਹੈਗਾ, ਕਿਹੜਾ ਰਾਹ ਜਿਹੜਾ ਪੰਜਾਬ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸਨੂੰ ਠੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ? ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ, ਜਿਹੜੇ ਸਿਆਸੀ ਜਵਾਬ ਮੰਗਦੇ ਹੈਗੇ ਆ, ਸਿਆਸੀ ਬਹਿਸ ਮੰਗਦੇ ਹੈਗੇ। ਬ੍ਰੇਕ ਤੋਂ ਵਾਪਸ ਆਵਾਂਗੇ, ਬਹਿਸ ਪਰ ਇਹ ਹੋਣੀ ਚਾਹੀਦੀ ਹੈ, ਪੰਜਾਬ ਦੇ ਵਿੱਚ ਜਿਹੜਾ ਵਿੱਤੀ ਬੋਝ ਆ ਕਿਉਂ ਵੱਧਦਾ ਜਾ ਰਿਹਾ ਹੈਗਾ, ਪੰਜਾਬ ਦੀ ਜਵਾਨੀ ਕਿਉਂ ਭਟਕਦੀ ਜਾ ਰਹੀ ਹੈਗੀ ਹੈ? ਬਹਿਸ ਇਹ ਹੋਣੀ ਚਾਹੀਦੀ ਹੈ, ਅਸੀਂ ਬਹਿਸ ਲੋਕਾਂ ਨੇ ਕੀਤੀ ਹੈਗੀ ਹੈ, ਮੋਬਾਈਲ ਕਿਉਂ ਨਹੀਂ ਮਿਲ ਰਿਹਾ ਹੈਗੇ? ਮੋਬਾਈਲ ਤਾਂ ਚਾਹੁੰਦੀ ਹੈ ਸਰਕਾਰ ਤੁਹਾਨੂੰ ਮਿਲ ਜਾਣ, ਅਤੇ ਫਿਰ ਤੁਸੀਂ ਡਾਟੇ ਦੀ ਗੱਲ ਕਰੀ ਜਾਓ ਅਤੇ ਆਟੇ ਦੀ ਗੱਲ ਨਾ ਕਰੋ। ਬ੍ਰੇਕ ਤੋਂ ਵਾਪਸ ਆ ਕੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ, ਕੈਪਟਨ ਦੇ ਸਲਾਹਕਾਰਾਂ ਦੀ ਫੌਜ ਕਿਹੜੀਆਂ ਔਕੜਾਂ ਤੋਂ ਪੰਜਾਬ ਦੀ ਰਾਖੀ ਕਰੇਗੀ? ਪੱਟੀ ਸਾਹਿਬ, ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ, ਬੜਾ ਸਧਾਰਨ ਜਿਹਾ। ਮੈਂ ਆ ਰਿਹਾ ਮਾਲੀ ਸਾਹਿਬ ਤੁਹਾਡੇ ਕੋਲ ਬਗਾਵਤ ਵਾਲਾ ਸਵਾਲ ਲੈ ਕੇ ਆਊਂਗਾ। ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇੰਨੇ ਹੀ ਮੰਤਰੀ ਰੱਖ ਸਕਦੀ ਹੈ ਸਰਕਾਰ, ਇਸ ਤੋਂ ਅੱਗੇ ਜਾਣ 'ਤੇ ਜਿਹੜਾ ਫੈਸਲਾ ਗੈਰ ਸੰਵਿਧਾਨਿਕ ਹੋ ਜਾਂਦਾ ਜਾਂ ਜਿਹੜਾ ਡਿਸੀਜਨ ਹੈਗਾ ਉਹ ਗੈਰ ਸੰਵਿਧਾਨਿਕ ਹੋ ਜਾਂਦਾ? ਪੱਟੀ ਸਾਹਿਬ, ਸਰਕਾਰ ਨੂੰ ਨਹੀਂ ਪਤਾ ਗੈਰ ਸੰਵਿਧਾਨਿਕ ਹੋ ਜਾਂਦਾ ਇਹ ਫੈਸਲਾ? KP ਜੀ, ਸਵਾਲ ਤੁਹਾਡਾ ਬਹੁਤ ਜਾਇਜ਼ ਹੈ ਔਰ ਵੈਲਿਡ ਹੈ, ਔਰ ਇਹਦਾ ਜਵਾਬ ਬਿਲਕੁਲ ਸਾਹਮਣੇ ਹੈ। ਕੌਂਸਟੀਟਿਊਸ਼ਨ ਜਿਹੜਾ ਉਹ ਇੱਥੋਂ ਸ਼ੁਰੂ ਹੁੰਦਾ, ਵੀ ਦੀ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ, ਅਸੀਂ ਭਾਰਤ ਦੇ ਲੋਕਾਂ
ਵੀ ਇਹ 15% ਜਿਹੜੀ ਹੈ ਕੈਬਨਿਟ ਸਾਈਜ਼ ਮਿਨਿਸਟਰ ਜਿਹੜੇ ਹੈ ਉਹਨਾਂ ਦਾ ਹੋਏਗਾ ਟੋਟਲ ਸਟਰੈਂਥ ਆਫ ਦੀ ਹਾਊਸ, ਭਾਵੇਂ ਉਹ ਪਾਰਲੀਮੈਂਟ ਦੀ ਹੈ ਭਾਵੇਂ ਉਹ ਸਟੇਟ ਲੈਜਿਸਲੇਟਿਵ ਦੀ ਹੈ। ਔਰ ਜਿੱਥੇ ਛੋਟੀਆਂ ਅਸੈਂਬਲੀਆਂ ਸੀ ਉੱਥੇ ਉਹਨਾਂ ਨੇ ਇੱਕ ਥੋੜ੍ਹੀ ਜਿਹੀ ਲਿਬਰਲ ਗੱਲ ਕਰਦਿਆਂ ਹੋਇਆਂ ਉੱਥੇ ਉਹਨਾਂ ਨੇ ਇਹ ਕਿਹਾ ਸੀ ਵੀ 10, 9, ਜਾਂ 8 ਮੰਤਰੀ ਜਿਹੜੇ ਨੇ ਉਹ ਲਗਾਏ ਜਾ ਸਕਦੇ ਆ, ਜਿੱਥੇ ਇਹ ਕੈਪ ਜਿਹੜੀ ਹੈ ਉਸ ਤੋਂ ਵੀ ਥੱਲੇ ਮੰਤਰੀਆਂ ਦਾ ਸਾਈਜ਼ ਘਟਾ ਦਿੰਦੀ ਸੀ। ਅਗਰ ਜੇ ਇਹ ਕਿਹਾ ਜਾਏ ਪੰਜਾਬ ਦਾ 117 ਦਾ ਸਦਨ ਹੈ ਪੰਜਾਬ ਵਿਧਾਨ ਸਭਾ ਦਾ, ਉਹਦੀ 15% ਦੇ ਮੁਤਾਬਕ 17, 17.5 ਨਿਕਲਦੀ ਹੈ ਐਵਰੇਜ, ਔਰ 17 ਮੰਤਰੀ ਹੋਣੇ ਚਾਹੀਦੇ ਆ। ਮੈਂ ਉਹਨਾਂ ਦੇ ਅੱਗੇ ਜਿਹੜੇ 2 ਮੰਤਰੀ ਨੇ ਉਹਨਾਂ ਦੀ ਰਿਟ ਕਰ ਚੁੱਕਾ ਔਰ ਉਹ ਵੀ ਅੰਡਰ ਚੈਲੇਂਜ ਹੈ, ਔਰ ਉਹ ਕੈਪਟਨ ਸਾਹਿਬ ਨੇ ਲਗਾਏ ਸੀਗੇ। ਕਿੰਨੀ ਦੇਰ ਹੋ ਗਈ? ਉਹ ਤਕਰੀਬਨ ਪਿਛਲੇ ਸਾਲ ਕੀਤੀ ਸੀ ਜੀ, ਜਦੋਂ ਇਹਨਾਂ ਨੇ ਕੈਪਟਨ ਨੇ ਵਾਧਾ ਕੀਤਾ ਸੀ, ਕੈਪਟਨ ਸਰਕਾਰ ਨੇ ਵਾਧਾ ਕੀਤਾ ਸੀ 2017 'ਚ, ਉਦੋਂ ਰਿਟ ਹੋਈ ਸੀ ਔਰ ਅਜੇ ਤੱਕ ਇਹਨਾਂ ਨੇ ਉਸ ਦਾ ਫੈਸਲਾ ਨਹੀਂ ਹੋਣ ਦਿੱਤਾ। ਤਰੀਕ ਦਰ ਤਰੀਕ ਔਰ ਇਹਦਾ ਫੈਸਲਾ ਇਸ ਲਈ ਹੋ ਜਾਣਾ ਕਿਉਂਕਿ ਇਹ ਮੈਟਰ ਕਵਰਡ ਹੈ। 21 ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਸੀ ਉਹਨਾਂ ਦੇ ਮੁਤਾਬਕ ਮੈਂ ਇਹ ਕਿਹਾ ਨਾਲ ਫਾਈਲ ਹੋਊਗਾ ਸਾਰਾ ਕੁਝ, ਇਹ ਨਾਲ ਫਾਈਲ ਹੋਏਗਾ ਔਰ ਸਾਰਾ ਕੁਝ ਉਹਦੇ ਵਿੱਚ ਜਲਦੀ ਹੋਊਗਾ, ਰੈਫਰੈਂਸ ਦਿੱਤਾ ਗਿਆ ਔਰ ਜਲਦੀ ਹੋਏਗਾ। ਔਰ ਮੈਂ ਕੈਪਟਨ ਸਾਹਿਬ ਨੂੰ ਕਹਿੰਦਾ ਵੀ ਆਪਣੀ ਫੌਜ ਜਿਹੜੀ ਹੈ ਵਕੀਲਾਂ ਦੀ ਉਹਨੂੰ ਜ਼ਰੂਰ ਤਿਆਰ ਕਰਕੇ ਭੇਜਣ ਤਾਂ ਕਿ ਪਹਿਲੀ ਡੇਟ ਦੇ ਉੱਤੇ ਹੀ ਇਸ ਦਾ ਫੈਸਲਾ ਹੋ ਜਾਵੇ। ਉਹ ਕਿਰਪਾ ਕਰਕੇ ਇਸ ਦੇ ਵਿੱਚ ਕੋਈ ਵੀ ਸਮਾਂ ਜਿਹੜਾ ਕਿਸੇ ਤਰ੍ਹਾਂ ਵੀ ਜਾਇਆ ਕਰਨ ਦਾ ਹੀਲਾ ਉਪਰਾਲਾ ਨਾ ਕਰਨ। ਦੂਜੀ ਚੀਜ਼ ਇਹ ਹੈ, ਜਦੋਂ ਬਰਗਾੜੀ ਦਾ ਤੁਸੀਂ ਜ਼ਿਕਰ ਕਰਦੇ ਹੋ ਪੱਟੀ ਸਾਹਿਬ, ਜੋ ਤੁਸੀਂ ਬਰਗਾੜੀ ਦੇ ਜ਼ਿਕਰ ਦੇ ਵਿੱਚ ਇਹ ਗੱਲ ਕਰਦੇ ਹੋ ਕਿ ਉਹਨਾਂ ਦੀ ਫੌਜ ਨੇ ਕੀ ਕੀਤਾ ਵਕੀਲਾਂ ਦੀ ਫੌਜ ਨੇ, ਉੱਥੇ ਤੁਸੀਂ ਕਹਿ ਰਹੇ ਹੋ ਕਿ ਕਿਰਪਾ ਕਰਕੇ ਇਸ ਮਾਮਲੇ ਨੂੰ ਲਟਕਾਓ ਨਾ ਕੈਪਟਨ ਸਾਹਿਬ, ਜਲਦੀ ਸਭ ਕੁਝ ਨਿਤਾਰਾ ਕਰ ਦਿਓ। ਪੱਟੀ ਸਾਹਿਬ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ? ਦੋ ਪਾਸੇ ਦੋਨੋਂ ਚੀਜ਼ਾਂ ਕੰਟਰਡਿਕਟਰੀ ਆਪਸ ਵਿੱਚ। ਮੈਂ ਕੋਈ ਕੰਟਰਡਿਕਟਰੀ ਸਟੇਟਮੈਂਟ ਨਹੀਂ ਦਿੱਤੀ। ਮੈਂ ਇਹ ਵੀ ਕਿਹਾ ਵੀ ਬਰਗਾੜੀ ਕਾਂਡ ਦੇ ਵਿੱਚ ਐਡਵੋਕੇਟ ਜਨਰਲ ਪੰਜਾਬ ਦੀ ਭੂਮਿਕਾ ਬੜੀ ਅੱਛੀ ਤਰ੍ਹਾਂ ਸਾਰੀ ਦੁਨੀਆ ਨੂੰ ਪਤਾ ਔਰ ਇਹਦੇ ਵਿੱਚ ਵੀ ਇਹ ਕਿਰਪਾ ਕਰਕੇ ਨਾ ਇਸ ਚੀਜ਼ ਨੂੰ ਇਸ ਹਿਸਾਬ ਨਾਲ ਚਲਾਉਣ, ਛੇਤੀ ਤੋਂ ਛੇਤੀ ਫੈਸਲਾ ਕਰਾਉਣ। ਮੈਂ ਇਹ ਬੇਨਤੀ ਕਰ ਰਿਹਾ ਤੁਹਾਡੇ ਚੈਨਲ ਦੇ ਥਰੂ। ਠੀਕ ਹੈ ਮਾਲੀ ਸਾਹਿਬ, ਤੁਸੀਂ ਬਗਾਵਤ ਵਾਲੇ ਸਵਾਲ ਤੇ ਬਹੁਤ ਉਛਲੇ ਸੀਗੇ, ਜਵਾਬ ਦੇਣਾ ਹੈਗਾ, ਕੀ ਜਵਾਬ ਦੇਣਾ ਚਾਹੁੰਦੇ? ਬਗਾਵਤ ਦਾ ਮਤਲਬ ਮੈਂ ਤਾਂ ਜਵਾਬ ਹੀ ਦੇਣਾ ਚਾਹੁੰਦਾ ਜੀ। ਇਹਦਾ ਥੋੜਾ ਜਿਹਾ ਪ੍ਰਸੰਗ ਤੁਸੀਂ ਦੇਖ ਲਓ, ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨਾ ਜੀ, ਦੇਖੋ ਅਕਾਲੀ ਦਲ ਤਾਂ ਉਦੋਂ ਨੁਕਰੇ ਲੱਗ ਗਿਆ ਸੀ, ਲੋਕਾਂ ਨੂੰ ਬੜਾ ਗੁੱਸਾ ਸੀ, ਨਫ਼ਰਤ ਸੀ, ਆਮ ਆਦਮੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੋਈ ਸੀ। ਆਮ ਆਦਮੀ ਪਾਰਟੀ ਸੀ ਜਿਹੜੀ, ਉਹਨੇ ਜਿਵੇਂ ਪੰਜਾਬ ਨੂੰ ਹੈਂਡਲ ਕੀਤਾ, ਕਿਸੇ ਨੂੰ ਰੌਲੀ ਨਹੀਂ ਸੀ, ਸਰਕੇ ਕਹਿ ਰਹੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ, ਕੰਧ 'ਤੇ ਲਿਖਿਆ ਹੋਇਆ, ਚਾਹੇ ਚਲੋ 100-110 ਕਹਿੰਦੇ ਸੀ, ਬਾਕੀ ਕਹਿੰਦੇ ਸੀ ਆ ਜਾਣੀ ਹੈ ਸਰਕਾਰ। ਪਰ ਜਿਵੇਂ ਆਮ ਆਦਮੀ ਪਾਰਟੀ ਨੇ ਆਪਣੇ ਝੱਗਾ ਆਪ ਹੀ ਖਿਲਾਰਿਆ, ਆਪਣੇ ਅਸੂਲ ਆਪ ਹੀ ਤਿਆਗੇ, ਜਿਵੇਂ ਇਹਨਾਂ ਨੇ ਹੈਂਡਲ ਕੀਤਾ, ਫਿਰ ਬੰਦਿਆਂ ਦਾ ਸਵਾਲ ਸਾਹਮਣੇ ਆ ਗਿਆ ਸੀ ਕਿ ਨਾਰਾ ਇਹ ਸੀ ਨਾ, ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਕੈਪਟਨ ਦੀ ਸਰਕਾਰ। ਇਸ ਕਰਕੇ ਬੰਦਾ ਪ੍ਰਮੁੱਖ ਆ ਗਿਆ ਸੀ ਅਤੇ ਲੋਕਾਂ ਨੇ ਕੈਪਟਨ ਦੀ ਜਿਹੜੀ ਪਹਿਲੀ ਕਾਰਗੁਜ਼ਾਰੀ ਦੇਖੀ ਸੀ, ਲੋਕਾਂ ਨੂੰ ਇਹ ਲੱਗਿਆ ਵੀ ਯਾਰ ਇਹ ਬੰਦਾ ਜਿੰਨੀ ਉਲਝ ਕੇ ਤਾਣੀ ਇਹਨੂੰ ਸੂਤਰਾ ਪਾ ਸਕਦਾ। ਇਸੇ ਕਰਕੇ ਕਹਿੰਦੇ ਸੀ ਵੀ ਇਹ ਕੈਪਟਨ ਦੀ ਨੂੰ ਜਿੱਤ ਹੋਈ ਆ, ਕਾਂਗਰਸ ਦੀ ਨਹੀਂ ਹੋਈ। ਜਿਹੜੀ ਗੱਲ ਤੁਸੀਂ ਕਰਦੇ ਹੋ ਬਗਾਵਤ ਦੀ, ਬਗਾਵਤ ਦਾ ਮਤਲਬ ਇਹ ਨਹੀਂ ਵੀ ਇਹ 'ਚੋਂ ਅੱਡ ਹੋ ਕੇ ਕੋਈ ਨਵੀਂ ਪਾਰਟੀ ਜਾਊ ਜਾਂ ਕਿਸੇ ਪਾਸੇ ਜਾਣਗੇ। ਬਗਾਵਤ ਦਾ ਮਤਲਬ ਇਹ ਆ, ਇਹਨਾਂ ਦੇ ਪੈਰਲਲ ਬਰਾਬਰ ਸਿੱਧੂ ਨੇ ਇੱਕ ਵੀ ਸਾਡੀ ਕਹੀ ਜੀ ਕਾਰਜ ਵਿਉਤ ਹੋਣੀ ਚਾਹੀਦੀ ਆ, ਮਸਲੇ ਉਠਾਏ ਨੇ। ਸਵਾਲ ਮੇਰੇ ਕੋਲ ਕੋਈ ਫੈਕਟ ਨਹੀਂ ਹੈਗੇ, ਪਰ ਸਵਾਲ ਜਿਹੜਾ ਤੈਰ ਰਿਹਾ ਹੈਗਾ ਅਤੇ ਖਬਰਾਂ ਦਾ ਹਿੱਸਾ ਵੀ ਬਣ ਚੁੱਕਿਆ, ਹਰਪ੍ਰਤਾਪ ਸਿੰਘ ਅਜਨਾਲਾ, ਪ੍ਰਗਟ ਸਿੰਘ ਅਤੇ ਸੁਰਜੀਤ ਮਾਨ ਕਹਿੰਦੇ ਇਹਨਾਂ ਨੂੰ ਵੀ ਆਫਰ ਕੀਤਾ ਗਿਆ ਸੀ ਪਰ ਇਹਨਾਂ ਨੇ ਨਕਾਰ ਦਿੱਤਾ। ਮੇਰੇ ਕੋਲ ਕੋਈ ਫੈਕਟ ਨਹੀਂ ਹੈਗਾ, ਪਰ ਇਹ ਖਬਰਾਂ ਉੱਠ ਰਹੀਆਂ। ਹੋ ਸਕਦੀ ਹੈ ਗੱਲ, ਮੈਂ ਇਹੀ ਕਹਿੰਦਾ ਨਾ ਜੀ, ਜਦੋਂ ਸਰਕਾਰ ਤੁਸੀਂ ਇਹਨਾਂ ਨੂੰ ਬਗਾਵਤ ਵਾਲੇ ਦੂਜੇ ਹਿੱਸੇ ਦੇ ਵਿੱਚ ਮੰਨਦੇ ਹੋ? ਨਹੀਂ ਨਹੀਂ, ਮੇਰਾ ਪੁਆਇੰਟ ਪੂਰਾ ਕਰ ਲੈਣ ਤੋਂ ਗੱਲ ਕਲੀਅਰ ਹੋ ਜੂ। ਜਦੋਂ ਲੋਕਾਂ ਨੇ ਸਿੱਧੂ ਨੇ ਇੱਕ ਪੈਰਲਲ ਕਾਰਗੁਜ਼ਾਰੀ ਅਤੇ ਸਿਧਾਂਤਕ ਤੌਰ 'ਤੇ ਰੇਤ ਮਾਫੀਆ ਨੂੰ ਕਿਵੇਂ ਹੈਂਡਲ ਕਰਨਾ, ਸ਼ਰਾਬ ਨੂੰ ਕਿਵੇਂ ਹੈਂਡਲ ਕਰਨਾ, ਟੈਕਸ ਚੋਰੀ ਕਿਵੇਂ ਹੈਂਡਲ ਕਰਨੀ ਆ, ਉਹਨੇ ਇੱਕ ਕਾਰਗੁਜ਼ਾਰੀ ਦਿਖਾਈ ਲਿਮਿਟਡ। ਲੋਕਾਂ ਨੂੰ ਕਾਂਗਰਸ ਦੇ ਵਿੱਚ ਇਹ ਹੈ ਵੀ ਉਸ ਹਿਸਾਬ ਨਾਲ ਜੇ ਆਪਾਂ ਆਪਣੇ ਆਪ ਨੂੰ ਚੇਂਜ ਨਾ ਕੀਤਾ, ਉਹਨਾਂ ਗੱਲਾਂ 'ਤੇ ਨਾ ਕੀਤੇ, ਤਾਂ ਕਾਂਗਰਸ ਦਾ ਕੁਛ ਨਹੀਂ ਬਣਨਾ। ਇਸ ਕਰਕੇ ਬਗਾਵਤ ਦਾ ਮਤਲਬ ਆ ਲੀਡਰਸ਼ਿਪ ਦਾ ਚੇਂਜ ਦਾ ਕੁਐਸਚਨ ਆਉਣਾ ਸਾਹਮਣੇ। ਅੱਛਾ, ਤੁਸੀਂ ਇਹਨੂੰ ਲੀਡਰਸ਼ਿਪ ਦੇ ਚੇਂਜ, ਤੁਸੀਂ ਇਹਨੂੰ ਸਿੱਧੂ ਬਨਾਮ ਕੈਪਟਨ ਲੜਾਈ ਦੇਖ ਰਹੇ ਹੋ? ਨਹੀਂ, ਉਹਦਾ ਅਸਰ ਦੇਖਦਾ ਮੈਂ ਕਹਿੰਦਾ ਸਿੱਧੂ ਇੱਕ ਬੜਾ ਮਤਲਬ ਬਹੁਤ ਮੌਕੇ ਦੇ ਅਨੁਸਾਰ ਉਹ ਪਿੱਛੇ ਹਟਿਆ, ਦਾਗ ਨਹੀਂ ਨਾ ਲੱਗਿਆ ਕੋਈ, ਚਾਹੇ ਮੈਂ ਉਹਦੇ ਹੱਕ 'ਚ ਨਹੀਂ ਸੀ, ਮੈਂ ਕਹਿੰਦਾ ਸੀ ਮੰਤਰੀ ਬਣ ਜਾਂਦਾ, ਪਰ ਬਈ ਜੀ ਜਿਹੜੇ ਹਿਸਾਬ ਨਾਲ ਸਿੱਧੂ ਚੱਲ ਰਿਹਾ, ਜਿਹੜੀਆਂ ਉਹਨੇ ਫਾਈਲਾਂ 'ਤੇ ਲਿਖਤਾ, ਜੋ ਉਹਦੀਆਂ ਗੱਲਾਂ ਆ ਗਈਆਂ ਸਾਹਮਣੇ, ਜੋ ਕੁਛ ਉਹ ਆ ਗਿਆ, ਕਾਂਗਰਸੀ ਹੁਣ ਦੇਖ ਰਹੇ ਨੇ ਵੀ ਗੱਲ ਤਾਂ ਯਾਰ ਸਿੱਧੂ ਦੀ ਉਹ ਠੀਕ ਸੀ, ਉਦੋਂ ਬਿਨਾਂ ਕੰਮ ਨਹੀਂ ਸੂਤਾ। ਇਕਬਾਲ ਸਿੰਘ ਪਾਰਟੀ ਦੀ ਲੀਡਰਸ਼ਿਪ ਬਦਲਣ ਦੇ ਜਿਹੜੇ ਆਸਾਰ ਹੈ, ਜਿਹੜੇ ਉਹਨਾਂ ਦੇ ਵਿਚਾਲੇ ਇਹ ਸਾਰਾ ਕੁਛ ਕੀਤਾ ਹੈਗਾ। ਮਾਲੀ ਸਾਹਿਬ ਦੇ ਇਸ ਤਰਕ ਨਾਲ ਤੁਸੀਂ ਇਤਫਾਕ ਰੱਖਦੇ ਹੋ ਅਤੇ ਨਾਲ ਜਿਹੜਾ ਸਿੱਧੂ ਸਾਹਿਬ ਵਾਲਾ ਤਰਕ ਦਿੱਤਾ ਜਾ ਰਿਹਾ, ਕੀ ਉਸ ਨਾਲ ਇਤਫਾਕ ਰੱਖਦੇ ਹੋ? ਬਿਲਕੁਲ, ਮੈਂ ਤਾਂ ਸਹਿਮਤ ਹਾਂ ਜੀ, ਕਿਉਂਕਿ ਇਹ ਤਾਂ ਤੁਸੀਂ
मतलब हुण तक हो जाना चाहिदा सीगा, मतलब जे कि सेंटर च कांग्रेस ताकत च आ जाती हुण तक सिद्धू सीएम हुंदा। मैं तुहानूं पहलां भी कहिंदा रहा पर हालात होर बन गए ते कैप्टन साहब उहदे च बच गए, तगड़े हो गए, इत्थे 8 सीटां कढ गए ते सेंटर कमज़ोर हो गया। राहुल गांधी नूं अपना मतलब इस्तीफा तक देना पै गया ते राहुल गांधी ते प्रियंका दे नेड़े सीगा नवजोत सिद्धू, इस करके थोड़ा जिहा उत्थे इहनूं सैटबैक लग्गिया सिद्धू साहब नूं। बाकी मैं तुहानूं इक गल दस दिंदा, पागलों के टब्बर च अकल कुट खांदी हुंदी हैगी। हुण तुसीं देख लो मनप्रीत कितने बोलदा कितने, वो इमानदारी वैसे बंदा इमानदार है मैं उन्हें शक नहीं करता, पर बोलना तो चाहिए ना। सिद्धू साहब जो बोलिया उसका मुँह बंद करा दिता गया, प्रगट सिंह आने ही नहीं देंगे हो कैबिनेट च, आ लोलीपॉप जो देने लगे से उन्हें मना करता। इस करके चंगे बंद यह नेड़ा फटकन नहीं देंगे, इस करके हरेक पार्टी मैं कहना अकाली दल च भी चंगे बंदे आने चाहिए जो बोलन ताकि लोगों च बहस चले भी नहीं होना। क्लीयर सर, क्लीयर सर, तुहाडे लई सवाल बड़ा औखा है, वैसे सौखा भी बहुत है। कैप्टन साहब तुहानूं बतौर मुख्यमंत्री पसंद ने? कैप्टन साहब बतौर मुख्यमंत्री तो जी पंजाब दे बच्चे बच्चे की कहना भी किसी भी पसंद नहीं रहे गए, जो उन्होंने कारगुजारी रही है ठीक है। आप छोटा मुख्यमंत्री छोटा पॉइंट रखिए कैप्टन साहब बतौर मुख्यमंत्री अकाली दल को पसंद नहीं, तुम कह रहे हो भी पंजाब के बच्चे बच्चे पसंद नहीं है। मेरा सवाल है क्या कि हुण उन्हां कोले वजारत है, उन्हां कोले बहुमत है, उस दे विचों मनप्रीत सिंह बादल नवजोत सिंह सिद्धू अकाली दल की चॉइस हो सकते? कदे भी नहीं हो सकते जी, ना मनप्रीत बादल ना नवजोत सिद्धू अकाली दल की चॉइस कदे भी नहीं। तुसीं बगावत की गल बार बार कर रहे हो। मैं बगावत की गल इस चीज ते कोई तो दस दो ना, जिहड़ा चीफ मिनिस्टर बन सकदा पंजाब दा कोई हल भी दस्सिया करो ना, आपां डिबेट करके घरां नूं चल जांदे आ, कोई हल भी दस्सो। कांग्रेस दे विच बगावत एक जिला पद्धर तो लैके उपर तक खड़ी हुई है। मेरे सवाल का जवाब नहीं दे रहा, मैं थोड़े सवाल दे जवाब दे रहा केपी जी, मैं उसे गल कोई है कांग्रेस को ले कोई चीफ मिनिस्टर कैंडिडेट है? कांग्रेस का एक कांग्रेस का अंदरूनी मसला जी, अकाली दल का मसला सिर्फ इतना है, अकाली दल का मसला मेरी केपी जी एक मिनट गल पूरी होंदो, अकाली दल का मसला यह है कि पंजाब नूं सुचारू ढंग नाल चलाओ, मुख्यमंत्री कांग्रेस जिन्हों मर्जी बना दे सानू उस तो की उन्होंने कोल मेजोरिटी है किसी का भी है उन्होंने काबिल बंदा है कैप्टन, यह कांग्रेस देखूगी जी, यह कांग्रेस का मसला। बहुत वधिया जवाब माली साहब, एक आखिरी सवाल तुम करना चाहूंगा, तुम बगावत का जिक्र कर रहे थे, दीप सिंह नाभा, अमरीक सिंह समराला, राकेश पांडे, कामरे नथू राम, कुलवीर सिंह जीरा, इन्होंने भी कैप्टन सरकार की कार्रवाई से अंदरूनी सवाल खड़े किए थे, तो हूँ लगता कि इन्होंने तो कुछ मिलया नहीं गा, ये हूँ फिर सवाल खड़े करेंगे उन्होंने ठलन लिए की करेगी सरकार? सवाल तो उठेंगे। देखो जी मैं नहीं इस गल का हामी भी फलाना फलाने के नेड़े आ फलाना दूर आ, मैं जो विचार दिता भी सिद्धू ने जिहड़ियां गल्लां कीतियां जो कैबिनेट च नीतियां पेश कीतियां जो लोगों के सामने, मैं तो उस कार्यविधि की गल करदा, ਉਹ ਕਾਰਜਵਿਧੀ ਨੂੰ ਕੀ ਨਵਜੋਤ ਸਿੱਧੂ ਤੋਂ ਬੈਟਰ ਕੋਈ ਹੋਰ ਚਲਾ ਸਕਦਾ? ਕੈਪਟਨ ਅਮਰਿੰਦਰ ਸਿੰਘ ਤੋਂ ਬੈਟਰ ਨਵਜੋਤ ਸਿੰਘ ਸਿੱਧੂ ਤੁਹਾਨੂੰ ਲੱਗਦੇ ਪਏ? ਰੌਲੀ ਨਹੀਂ ਕੋਈ ਜੀ। ਚਲੋ ਬਹੁਤ ਬਹੁਤ ਧੰਨਵਾਦ ਮਾਲੀ ਸਾਹਿਬ ਤੁਹਾਡਾ, ਇਕਬਾਲ ਸਿੰਘ ਤੁਹਾਡਾ, ਕਲੇਰ ਸਾਹਿਬ ਤੁਹਾਡਾ, ਪੱਟੀ ਸਾਹਿਬ ਤੁਹਾਡਾ ਵੀ ਧੰਨਵਾਦ। ਪੱਟੀ ਸਾਹਿਬ ਤੁਸੀਂ ਪਟੀਸ਼ਨ ਪਾਈ ਹੈ ਕੀ ਆ, ਕੈਪਟਨ ਸਾਹਿਬ ਨੇ ਤੁਹਾਨੂੰ ਵਿਹਲਾ ਕਿਹਾ ਹੈਗਾ, ਮੈਂ ਤੁਹਾਨੂੰ ਵਿਹਲਾ ਨਹੀਂ ਮੰਨਦਾ ਗਾ, ਜਦੋਂ ਪਟੀਸ਼ਨ ਦੀ ਅਗਲੀ ਸੁਣਵਾਈ ਹੋਊਗੀ ਤੁਹਾਨੂੰ ਮੈਂ ਸੱਦਾ ਜ਼ਰੂਰ ਦਊਂਗਾ। ਬਹੁਤ ਧੰਨਵਾਦ ਕੈਪਟਨ ਨੂੰ, ਕੀ ਸਲਾਹ ਚਾਹੀਦੀ ਹੈਗੀ ਆ, ਅਗਲੀ ਸਲਾਹ ਕਦੋਂ ਮਿਲੇਗੀ ਅਤੇ ਉਹ ਸਲਾਹ ਪੰਜਾਬ ਦੇ ਹਿੱਤ ਵਿੱਚ ਕਿੰਨੀ ਹੋਵੇਗੀ, ਸਾਡੀ ਉਸ 'ਤੇ ਨਜ਼ਰ ਹੈ ਅਤੇ ਉਸ ਨਜ਼ਰ ਤੋਂ ਬਾਅਦ ਡਿਬੇਟ ਪੱਕਾ ਹੋਵੇਗੀ। ਬਹੁਤ ਧੰਨਵਾਦ।